ਤਾਂ ਮਾਰਨਿੰਗ ਪ੍ਰਾਈਮ ਦੀ ਸ਼ੁਰੂਆਤ ਹੋ ਰਹੀ ਹੈ। ਦੋ ਵੱਡੀਆਂ ਖਬਰਾਂ ਇੰਪੋਰਟੈਂਟ ਰਹਿਣਗੀਆਂ। ਸਭ ਤੋਂ ਪਹਿਲੀ ਵੱਡੀ ਖਬਰ ਰਹੇਗੀ ਕਿ ਚੰਡੀਗੜ੍ਹ ਦੇ ਵਿੱਚ ਇੰਡੀਆ ਗਠਜੋੜ ਨੇ ਸਿਆਸੀ ਭੂਚਾਲ ਪੰਜਾਬ ਦੇ ਵਿੱਚ ਲਿਆ ਦਿੱਤਾ ਹੈ। ਮੁਲਕ ਭਰ ਦੇ ਵਿੱਚ ਇਸ ਗਠਜੋੜ ਨੇ ਚਰਚਾ ਕਿਉਂ ਛੇੜੀ ਹੈ। ਵੱਡੀਆਂ ਇਨਫੋਰਮੇਸ਼ਨ ਆ ਰਹੀਆਂ ਨੇ ਕਿ ਇੰਡੀਆ ਗਠਜੋੜ ਨੇ ਬੀਤੀ 18 ਤਰੀਕ ਜਿਹੜੀ ਬੀਤੇ ਦਿਨ ਦੀ ਹੈ, ਜਿਹੜੀ ਟੱਕਰ ਭਾਰਤੀ ਜਨਤਾ ਪਾਰਟੀ ਨੂੰ ਦੇਣੀ ਸੀ, ਉਸ ਤੋਂ ਬਾਅਦ ਬੀਜੇਪੀ ਅਤੇ ਇੰਡੀਆ ਗਠਜੋੜ ਦਾ ਪੱਖ ਹੈ ਕੀ ਹੈ। ਇੰਡੀਆ ਗਠਜੋੜ ਦਾ ਪੱਖ ਇਹ ਹੈ ਕਿ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਇਲੈਕਸ਼ਨ ਦੇ ਵਿੱਚ ਵਿਘਨ ਪਾਇਆ ਗਿਆ ਕਿਉਂਕਿ ਬੀਜੇਪੀ ਸਿਆਸੀ ਪੈਂਤੜਾ ਖੇਡਣਾ ਚਾਹੁੰਦੀ ਹੈ, ਇਸ ਕਰਕੇ ਮੇਅਰ ਦੀ ਇਲੈਕਸ਼ਨ ਨੂੰ ਡਿਲੇ ਕਰ ਦਿੱਤਾ ਗਿਆ। ਦੂਜਾ ਵੱਡਾ ਫੈਕਟਰ ਬੀਜੇਪੀ ਦਾ, ਬੀਜੇਪੀ ਕਹਿ ਰਹੀ ਹੈ ਕਿ ਜਾਣ ਬੁੱਝ ਕੇ ਪੰਜਾਬ ਦੇ ਅਫਸਰ ਕਿਵੇਂ ਚੰਡੀਗੜ੍ਹ ਤੇ ਪ੍ਰਭਾਵ ਪਾ ਰਹੇ ਸੀ, ਹਾਲਾਂਕਿ ਚੋਣ ਅਫਸਰ ਦੀ ਸਿਹਤ ਨੂੰ ਲੈ ਕੇ ਵੀ ਸਿੱਧੇ ਤੌਰ ਤੇ ਇੰਡੀਆ ਗਠਜੋੜ ਨੇ ਬੀਜੇਪੀ ਤੇ ਤਾਵਾ ਬੋਲਿਆ। ਪਰ ਹੁਣ ਦੀ ਸਥਿਤੀ ਹੈ ਕੀ ਹੈ, ਮਸਲਾ ਹਾਈਕੋਰਟ ਦੇ ਵਿੱਚ ਪਹੁੰਚਿਆ। ਹਾਈਕੋਰਟ ਦੇ ਵਿੱਚ ਜਦੋਂ ਮਸਲਾ ਪਹੁੰਚਿਆ ਤਾਂ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਜਿਹੜੀਆਂ ਦਲੀਲਾਂ ਰੱਖੀਆਂ ਕਿ ਕਿਵੇਂ ਵੱਡੇ ਗਿਣਤੀ ਵਿੱਚ ਕਮਾਂਡੋ ਦਫ਼ਤਰ ਵਿੱਚ ਵੜੇ, ਕੀ ਕੁਛ ਗੱਲ ਹੋਈ ਹੈ, ਕਦੋਂ ਇਲੈਕਸ਼ਨ ਹੋਏਗੀ, ਚਰਚਾ ਕਰਨ ਜਾ ਰਹੇ ਰਵਨੀਤ ਅਸੀਂ ਇਸ ਤੇ। ਤਾਂ ਬਿਲਕੁਲ ਦੱਸ ਦੇ ਕਿ 6 ਫਰਵਰੀ ਤੱਕ ਫਿਲਹਾਲ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਕਿ ਚੋਣ ਕਰਵਾਈ ਜਾਏਗੀ, ਪਰ ਹਾਈਕੋਰਟ ਦੇ ਵੱਲੋਂ ਵੀ ਇਹ ਜ਼ਰੂਰ ਜਵਾਬ ਉਹਨਾਂ ਤੋਂ ਮੰਗਿਆ ਗਿਆ ਕਿ ਪਹਿਲਾਂ ਕਿਉਂ ਨਹੀਂ ਇਲੈਕਸ਼ਨ ਹੋ ਸਕਦੀ, ਹੁਣ ਇਹ 6 ਫਰਵਰੀ ਨੂੰ ਇਲੈਕਸ਼ਨ ਹੋਏਗੀ ਜਾਂ ਨਹੀਂ, ਇਸ ਤੇ ਵੀ ਫਿਲਹਾਲ ਸਸਪੈਂਸ ਬਰਕਰਾਰ ਹੈ ਕਿਉਂਕਿ ਕਿਹਾ ਨਹੀਂ ਜਾ ਸਕਦਾ ਕਿ 6 ਫਰਵਰੀ ਨੂੰ ਇਲੈਕਸ਼ਨ ਹੋਣੀ ਹੈ। ਜਿਸ ਤਰ੍ਹਾਂ ਦੀਆਂ ਤਸਵੀਰਾਂ ਕੱਲ ਤੁਸੀਂ ਵੀ ਦੇਖੀਆਂ, ਜੋ ਤਸਵੀਰਾਂ ਸਾਹਮਣੇ ਆਈਆਂ ਕਿ ਲਗਾਤਾਰ ਬੀਜੇਪੀ ਤੇ ਅਲਾਇੰਸ ਇੱਕ ਦੂਜੇ ਦੇ ਉੱਪਰ ਹਮਲਾਵਰ ਹੁੰਦੇ ਹੋਏ ਨਜ਼ਰ ਆਏ। ਅਲਾਇੰਸ ਦਾ ਜੋ ਇੰਡੀਆ ਅਲਾਇੰਸ ਹੈ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਬੀਜੇਪੀ ਦੇ ਵੱਲੋਂ ਜਾਣਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਲੋਕਤੰਤਰ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਹਾਲਾਂਕਿ ਬੀਜੇਪੀ ਦੇ ਵੱਲੋਂ ਵੀ ਜ਼ਰੂਰ ਜੋ ਪਰੇਸ਼ਾਨ ਕਰਨ ਦੇ ਇਲਜ਼ਾਮ ਸੀ ਉਹ ਵੀ ਲਗਾਏ ਗਏ ਸੀ। ਕ੍ਰਿਸ਼ਨ ਬਿਲਕੁਲ, ਤਾਂ ਹੁਣ ਇੱਕ ਹੋਰ ਇਨਫੋਰਮੇਸਨ ਦੱਸ ਦਈਏ ਕਿ ਚਰਚਾ ਦੀ ਸ਼ੁਰੂਆਤ ਕਰ ਰਹੇ ਮਨੋਜ ਕੁਮਾਰ ਜੋਸ਼ੀ ਸਟੂਡੀਓ ਆਏ ਹੋਏ ਨੇ, ਜੋ ਸਰ ਸਵਾਗਤ ਹੈ, ਚਰਚਾ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅਸੀਂ। ਤਾਂ ਸਭ ਤੋਂ ਪਹਿਲੀ ਗੱਲ ਇਹੀ ਹੈ ਕਿ ਲੇਟੈਸਟ ਅਪਡੇਟ ਇਹ ਹੈ ਕਿ ਇੰਡੀਆ ਗਠਜੋੜ ਜਿਹੜੇ ਕੌਂਸਲਰ ਕੱਲ ਦਫ਼ਤਰ ਪਹੁੰਚੇ ਕਿ ਅਸੀਂ ਵੋਟ ਹੱਕ ਦਾ ਇਸਤੇਮਾਲ ਕਰਨਾ, ਪ੍ਰੈਜ਼ਾਈਡਿੰਗ ਅਫਸਰ ਤਾਂ ਬਿਮਾਰ ਕਰ ਦਿੱਤੇ ਗਏ, ਜਾਂ ਬਿਮਾਰ ਹੋ ਗਏ, ਕਿਵੇਂ ਟੈਲੀਫੋਨਿਕ ਕਨਵਰਸੇਸ਼ਨ ਹੋਈ ਹੈ ਇਹ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਹਾਈਕੋਰਟ ਦੇ ਵਿੱਚ ਵੀ ਦੱਸਿਆ ਕਿ ਦੇਖੋ ਸਿਹਤ ਤੇ ਕਿਸ ਦਾ ਕੋਈ ਜ਼ੋਰ ਨਹੀਂ ਹੈ, ਕੋਈ ਬੰਦਾ ਬਿਮਾਰ ਹੋ ਸਕਦਾ, ਇਸ ਤੇ ਕਾਹਦਾ ਜ਼ੋਰ ਹੈ। ਦੂਜਾ ਵੱਡਾ ਫੈਕਟਰ ਜੋਸ਼ੀ ਸਾਹਿਬ ਇਹ ਹੈ ਕਿ ਹਾਈਕੋਰਟ ਦੇ ਵਿੱਚ ਜਦੋਂ ਮਸਲਾ ਗਿਆ ਉੱਥੇ ਪੰਜਾਬ ਪੁਲਿਸ ਦੇ ਕਮਾਂਡੋਆਂ ਦੀ ਕਿਉਂ ਚਰਚਾ ਹੋ ਰਹੀ ਹੈ? ਬਿਲਕੁਲ ਕ੍ਰਿਸ਼ਨ, ਦੇਖੋ ਪਹਿਲੀ ਗੱਲ ਤਾਂ ਇਹ ਸੀ ਕਿ ਸਭ ਨੂੰ ਪਤਾ ਤਾ ਕਿ ਕੱਲ੍ਹ ਜਿਹੜੀ ਇਲੈਕਸ਼ਨ ਉਹ ਨਹੀਂ ਹੋਏਗੀ, ਕਿਸੇ ਨਾ ਕਿਸੇ ਤਰ੍ਹਾਂ ਇਹ ਪੋਸਟਪੋਨ ਕੀਤੀ ਜਾਏਗੀ। ਉਹ ਅਲੱਗ ਅਲੱਗ ਕਿ ਕੋਈ ਅਧਿਕਾਰੀ ਬਿਮਾਰ ਹੋ ਗਿਆ, ਬਿਮਾਰ ਹੋਇਆ ਨਹੀਂ ਹੋਇਆ, ਕਿਉਂਕਿ ਜਦੋਂ ਪਹਿਲਾਂ ਵੀ ਆਪਾਂ ਇਤਿਹਾਸ ਦੇਖੀਏ ਕਿਤੇ ਵੀ ਇਲੈਕਸ਼ਨ ਹੁੰਦੇ ਆ ਤਾਂ ਉੱਥੇ ਇੱਦਾਂ ਦੀ ਗੱਲ ਹੁੰਦੀ ਹੈ ਕਿ ਅਧਿਕਾਰੀ ਬਿਮਾਰ ਹੁੰਦਾ, ਕਿਉਂਕਿ ਜਿਹੜੇ ਇਹ ਨਗਰ ਨਿਗਮ ਨੇ, ਲੋਕਲ ਬਾਡੀਜ਼ ਦੇ ਇਲੈਕਸ਼ਨ ਹੁੰਦੇ ਨੇ ਜਾਂ ਨਗਰ ਪਰਿਸ਼ਦ ਦੇ ਇਲੈਕਸ਼ਨ ਹੁੰਦੇ, ਇਹ 'ਚ ਦਲ ਬਦਲੂ ਕਾਨੂੰਨ ਲਾਗੂ ਨਹੀਂ ਹੁੰਦਾ। ਇਸ ਕਰਕੇ ਇਹਦਾ ਜਿਹੜਾ ਸੱਤਾ ਪੱਖ ਹੁੰਦਾ ਹੈ ਉਹ ਬੈਠਾ ਹੁੰਦਾ, ਹਮੇਸ਼ਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ, ਉਠਾਉਂਦਾ ਵੀ ਹੈਗਾ ਆ। ਅਤੇ ਇਸੇ ਦੇ ਤਹਿਤ ਜਿਹੜੀ ਗੱਲ ਵੀ ਗੱਲ ਸੀਗੀ ਕਿ ਸਭ ਨੂੰ ਪਤਾ ਸੀ ਕਿ ਇਲੈਕਸ਼ਨ ਕੱਲ੍ਹ ਨੂੰ ਹੋਣਗੇ ਜਾਂ ਨਹੀਂ ਹੋਣਗੇ, ਇੱਕ ਇਹ ਸਸਪੈਂਸ ਬਣਿਆ ਹੋ ਸੀਗਾ, ਪਰ ਆਖਿਰਕਾਰ ਉਹੀ ਗੱਲ ਹੋਈ ਕਿ ਆਫਿਸਰ ਬਿਮਾਰ ਹੋ ਗਏ ਔਰ ਇਲੈਕਸ਼ਨ ਨਹੀਂ ਹੋਈ, ਕਿਸੇ ਵੀ ਪਾਰਸ਼ਦ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ, ਕਿਉਂਕਿ ਜਦੋਂ ਇਲੈਕਸ਼ਨ ਨਹੀਂ ਹੋਣੇ ਪਾਰਸ਼ਦ ਅੰਦਰ ਜਾਣ ਦਾ ਕੋਈ ਮਤਲਬ ਨਹੀਂ ਸੀਗਾ। ਤੇ ਇਸ ਕਰਕੇ ਜਿਹੜਾ ਕੋਰਟ ਜਿਹੜਾ ਹਾਈਕੋਰਟ ਗਏ ਨੇ ਤੇ ਹਾਈਕੋਰਟ ਦੇ ਵਿੱਚ ਜਿਹੜੀ ਸੀਗੀ ਸੁਣਵਾਈ ਹੋਈ ਹੈ ਤੇ ਉੱਥੇ ਜਾ ਕੇ ਵੀ ਜਿਹੜਾ ਦੱਸਿਆ ਗਿਆ ਬੀਜੇਪੀ ਵੱਲੋਂ ਕਿ ਕਮਾਂਡੋ ਪੰਜਾਬ ਪੁਲਿਸ ਦੇ ਕਮਾਂਡੋ ਇੱਥੇ ਆ ਗਏ ਨੇ ਤੇ ਉਹਨਾਂ ਨੇ ਤਾਂ ਆਪਣੇ ਪੱਖ ਦੇ ਵਿੱਚ ਗੱਲ ਕਹੀ ਸੀਗੀ, ਪਰ ਉੱਥੋਂ ਜਿਹੜਾ ਸੀਗਾ ਕੋਰਟ ਸੀਗਾ ਉਹਨੇ ਇਸ ਨੂੰ ਇਹ ਗੱਲ ਕਿਹਾ ਕਿ ਡੀਜੀਪੀ ਕਿੱਥੇ ਸੀਗੇ, ਅਗਰ ਕਿਸੇ ਦੀ ਜਗ੍ਹਾ ਦੇ ਉੱਪਰ ਕਿਸੇ ਸਟੇਟ ਦੇ ਕਮਾਂਡੋ ਆਉਂਦੇ ਤਾਂ ਪੁਲਿਸ ਕੀ ਕਰ ਰਹੀ ਸੀਗੀ, ਉਹਨਾਂ ਨੇ ਸਵਾਲ ਕੀਤੇ ਨੇ। ਪਰ ਆਖਿਰਕਾਰ ਜਿਹੜਾ ਕੋਰਟ ਵੀ ਸੀਗਾ ਉਹਨਾਂ ਨੇ ਵੀ ਜਿਹੜਾ ਹੈਗਾ ਉਹ ਸ਼ਾਮ ਨੂੰ ਇਹ ਕਿਹਾ ਕਿ ਮੰਗਲਵਾਰ ਤੱਕ ਜਿਹੜੀ ਹੈਗੀ ਆ ਸੁਣਵਾਈ ਟਾਲ ਦਿੱਤੀ ਗਈ।
ਗਈ ਹੈਗੀ, ਚਾਹੇ ਝਾੜ ਲਗਾਈ ਗਈ ਹੈ ਡੀ ਜੀ ਪੀ ਨੂੰ, ਪੁਲਿਸ ਨੂੰ ਲਗਾਈ ਗਈ ਹੈ, ਪਰ ਜਿਹੜੀ ਕਾਰਵਾਈ ਹੈ ਮੰਗਲਵਾਰ ਤੱਕ ਟਾਲ ਦਿੱਤੀ ਗਈ, ਮੰਗਲਵਾਰ ਨੂੰ ਵੀ ਆਪਾਂ ਸੁਣਵਾਈ ਹੋਏਗੀ। ਔਰ ਦੂਜੇ ਪਾਸੇ ਉਸ ਤੋਂ ਬਾਅਦ ਜਿਹੜੇ ਨੇ ਡੀ ਸੀ ਨੇ ਚੰਡੀਗੜ੍ਹ ਦੇ, ਉਹ ਆਰਡਰ ਜਾਰੀ ਕਰਦੇ ਨੇ ਕਿ ਜਿਹੜੀ ਇਲੈਕਸ਼ਨ ਹੈਗੀ ਉਹ 6 ਫਰਵਰੀ ਨੂੰ ਕਰਾਈ ਜਾਏਗੀ। ਹੁਣ ਇਹ ਦੇਖਣਾ ਹੋਗਾ ਕਿ ਜਿਹੜਾ ਕੋਰਟ ਹੈਗਾ 6 ਫਰਵਰੀ ਡੇਟ ਨੂੰ ਸਵੀਕਾਰ ਕਰਦਾ ਹੈ ਕਿ ਉਸ ਦਿਨ ਇਲੈਕਸ਼ਨ ਹੁੰਦੇ, ਕਿਉਂਕਿ ਜਿਹੜੇ ਡੀ ਸੀ ਆਰਡਰ ਕਰਦੇ ਨੇ ਉਹ ਕਾਫੀ ਅਹਿਮ ਮੰਨੇ ਜਾਂਦੇ ਹੁੰਦੇ ਨੇ ਅਤੇ ਵੀ ਇਲੈਕਸ਼ਨ ਕਰਵਾਉਣ ਵਾਸਤੇ। ਪਰ ਇੱਥੇ ਮਨੋਜ ਜੀ ਗੱਲ ਇਹ ਹੈ ਕਿ ਜਦੋਂ ਚੰਡੀਗੜ੍ਹ ਦੇ ਜਿਹੜੇ ਐਮਸੀ ਇਲੈਕਸ਼ਨ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਆਪਣਾ ਹਾਈਕੋਰਟ 'ਚ ਪੱਖ ਰੱਖ ਰਿਹਾ ਸੀ ਕਿ ਦੇਖੋ ਪੰਜਾਬ ਪੁਲਿਸ ਦੇ ਕਮਾਂਡੋ ਉੱਥੇ ਆਏ, ਪਹਿਲਾਂ ਇੱਕ ਕਲੈਰਿਟੀ ਕਰੋ, ਪੂਰਾ ਪੰਜਾਬ ਜਾਣਨਾ ਚਾਹੁੰਦਾ ਕਿ ਕਮਾਂਡੋ ਦਾ ਉੱਥੇ ਜਾਣਾ ਜ਼ਰੂਰੀ ਸੀ ਜਾਂ ਮਜ਼ਬੂਰੀ ਸੀ। ਦੇਖੋ ਜੇ ਕੋਈ ਪੁਲਿਸ ਅਫੀਸ਼ੀਅਲ ਚੰਡੀਗੜ੍ਹ ਦੇ ਵਿੱਚ ਜਾਂਦਾ ਉਹ ਪ੍ਰੋਟੋਕੋਲ ਦੇ ਦਾਇਰੇ 'ਚ ਹੀ ਜਾਏਗਾ। ਇਸ ਮਸਲੇ ਤੇ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਬਾਤ ਕਾ ਬਤੰਗੜ ਬਣਾਇਆ ਜਾਂ ਵਾਕਈ ਇਹ ਮਸਲਾ ਬਹੁਤ ਸੰਜੀਦਗੀ ਵਾਲਾ ਸੀ, ਵਿਚਾਰਨਯੋਗ ਸੀ? ਦੇਖੋ ਗੱਲ ਇਹ ਸੀ ਜਦੋਂ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਪਾਰਸ਼ਦ ਇਕੱਠੇ ਹੋਏ ਸੀ ਕਿ ਸਭ ਨੂੰ ਇਕੱਠਾ ਰੱਖਣਾ ਬਹੁਤ ਜ਼ਰੂਰੀ ਸੀਗਾ, ਇਸ ਵਾਸਤੇ ਉਹ ਸਾਰੇ ਇਕੱਠੇ ਨੇ। ਅੱਜ ਵੀ ਕਿਸੇ ਜਗ੍ਹਾ ਦੇ ਉੱਪਰ ਉਹ ਬੈਠੇ ਨੇ, ਮਤਲਬ ਪੰਜਾਬ ਦੇ ਵਿੱਚ ਰੋਪੜ ਦੇ ਪਾਸੇ ਕੋਈ ਜਗ੍ਹਾ ਹੈਗੀ ਹੈ, ਉੱਥੇ ਉਹ ਬੈਠੇ ਨੇ ਰਿਜ਼ੋਰਟ ਦੇ ਵਿੱਚ, ਇਕੱਠੇ ਕੀਤੇ ਹੋਏ ਨੇ। ਉਹਨਾਂ 'ਚ ਇੱਕ ਹੀ ਪਾਰਸਲ ਜਿਹੜਾ ਸੀਗਾ ਉਹਨੂੰ ਜਿਹੜਾ ਆਪਣੇ ਕਾਗਜ਼ ਵਾਪਸ ਨੋਮੀਨੇਸ਼ਨ ਵਾਪਸ ਕਰਨ ਲਈ ਲੈ ਕੇ ਆਉਂਦਾ ਸੀਗਾ, ਜਿਹੜੇ ਕਾਂਗਰਸ ਦੇ ਮੇਅਰ ਪਦ ਦੇ ਉਮੀਦਵਾਰ ਸੀਗੇ ਜਸਵੀਰ ਸਿੰਘ ਬੰਟੀ, ਉਹਨਾਂ ਨੂੰ ਲੈ ਕੇ ਸਾਰਾ ਵਿਵਾਦ ਚੱਲਦਾ ਰਿਹਾ। 3 ਦਿਨ ਉਹਨਾਂ ਦੇ ਪਿੱਛੇ ਹੀ ਸਾਰੀ ਗੱਲ ਘੁੰਮਦੀ ਰਹੀ। ਪਹਿਲਾਂ ਪੰਜਾਬ ਪੁਲਿਸ ਦੀ ਕਸਟਡੀ ਸੀਗੇ, ਉਸ ਤੋਂ ਬਾਅਦ ਜਿਹੜੇ ਸੀਗੇ ਚੰਡੀਗੜ੍ਹ ਪੁਲਿਸ ਦੀ ਉਹਨੂੰ ਸੁਰੱਖਿਆ ਮਿਲ ਗਈ ਅਤੇ ਆਪਣੇ ਘਰ ਦੇ ਵਿੱਚ ਨਜ਼ਰਬੰਦ ਹੋਣ ਦਾ ਆਰੋਪ ਵੀ ਲੱਗਿਆ ਅਤੇ ਉਸ ਦੌਰਾਨ ਹੀ ਜਿਹੜੇ ਸੀਗੇ ਪੰਜਾਬ ਪੁਲਿਸ ਦੇ ਕੁਝ ਜਵਾਨ, ਕੁਝ ਕਮਾਂਡੋ ਜਿਹੜੇ ਸੀਗੇ, ਜਿਕਣਾ ਕਿ ਕੁਝ ਲੀਡਰ ਹੈਗੇ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਵੀ ਅੱਛੇ ਪਦ ਦੇ ਉੱਪਰ ਨੇ, ਉਹਨਾਂ ਦੇ ਕਮਾਂਡੋ ਵੀ ਸੀਗੇ ਅਤੇ ਉਹਨਾਂ ਨੂੰ ਲੈ ਕੇ ਗੱਲ ਕੀਤੀ, ਕਿਉਂਕਿ ਜਦੋਂ ਇਹ ਆਏ ਸੀਗੇ ਇਹਨਾਂ ਨੇ ਸੋਚਿਆ ਸੀਗਾ ਕਿ ਇਹ ਵੱਡਾ ਮਸਲਾ ਬਣ ਜਾਏਗਾ, ਕਿਉਂਕਿ ਹਰ ਚੀਜ਼ ਸੀਸੀਟੀਵੀ ਲੱਗੇ ਹੋਏ ਨੇ, ਉਹ ਸੀਸੀਟੀਵੀ ਦੀ ਫੁਟੇਜ ਦੱਸ ਗਈਆਂ, ਉਹ ਜਿਹੜੀਆਂ ਸੀਗੀਆਂ ਉਹਨਾਂ ਦੇ ਕੰਮ ਆਈਆਂ ਨੇ ਅਤੇ ਉਹਨਾਂ ਨੂੰ ਕੋਰਟ ਦੇ ਵਿੱਚ ਲਗਾਇਆ ਗਿਆ ਕਿ ਪੰਜਾਬ ਪੁਲਿਸ ਦੇ ਕਮਾਂਡੋ ਚੰਡੀਗੜ੍ਹ ਆ ਕੇ ਘੁਸ ਨੇ ਅਤੇ ਉਹਨਾਂ ਨੇ ਆ ਕੇ ਇੱਥੇ ਧੱਕਾ ਮੁੱਕੀ ਕੀਤੀ ਹੈਗੀ ਹੈ। ਇਸ ਨੂੰ ਅੱਗੇ ਗੱਲ ਉਠਾਈ ਜਾਵੇ ਤਾਂ ਜਿਸ ਹਿਸਾਬ ਦੇ ਨਾਲ ਚੋਣ ਅਫਸਰ ਅਚਾਨਕ ਬਿਮਾਰ ਪੈ ਜਾਂਦੇ ਨੇ, ਹਾਈਕੋਰਟ ਦੇ ਵੱਲੋਂ ਵੀ ਇਹ ਸਵਾਲ ਜ਼ਰੂਰ ਕੀਤਾ ਗਿਆ ਕਿ ਦੂਜਾ ਚੋਣ ਅਫਸਰ ਨਹੀਂ ਲਗਾਇਆ ਜਾ ਸਕਦਾ, ਰਾਘਵ ਚੱਡਾ ਦੇ ਵੱਲੋਂ ਵੀ ਕਿਹਾ ਗਿਆ ਕਿ ਦੂਜਾ ਚੋਣ ਅਫਸਰ ਲਗਾ ਲਿਆ ਜਾਵੇ ਜੋ ਬਿਮਾਰ ਹੋ ਗਏ ਨੇ ਤਾਂ। ਦੇਖੋ ਰਣਵੀਰ, ਜਿੱਥੇ ਵੀ ਸੱਤਾ ਪੱਖ ਹੁੰਦੇ ਉਹਨੂੰ ਲੱਗਦਾ ਹੈ ਕਿ ਮੇਰੇ ਪਾਸੇ ਕੋਈ ਡਾਵਾਂਡੋਲ ਹੈਗੀ ਸਥਿਤੀ, ਤਾਂ ਉੱਥੇ ਇੱਦਾਂ ਦੇ ਹੱਥਕੰਡੇ ਅਪਣਾਏ ਗਏ ਨੇ ਔਰ ਅਪਣਾਏ ਜਾਂਦੇ ਰਹੇਗੇ, ਕਿਉਂਕਿ ਇਹੀ ਹੁੰਦਾ ਹੱਲ ਹੁੰਦਾ ਕਾਨੂੰਨੀ, ਜਿਹੜੇ ਪੈਂਤਰੇ ਨੇ ਕਿਤੇ ਕਾਨੂੰਨੀ ਕਾਰ ਘੜੀ ਜਾਂਦੀ ਹੈ, ਕਿਤੇ ਨਾ ਕਿਤੇ ਦੂਜੀ ਕਾਰ ਘੜੀ ਜਾਂਦੀ ਕਿ ਇਸ ਨੂੰ ਕਿਸ ਤਰ੍ਹਾਂ ਆਪਾਂ ਪੋਸਟਪੋਨ ਕਰਨਾ ਹੈਗਾ। ਇਸ ਤੋਂ ਇਹ ਸਾਫ਼ ਹੈ ਕਿ ਜਿਹੜੀ ਕੱਲ੍ਹ ਦੀ ਇਲੈਕਸ਼ਨ ਆ ਸਭ ਨੂੰ ਪਤਾ ਤਾਂ ਨਹੀਂ ਹੋਣੀ ਸੀਗੀ, ਪਰ ਆਫਿਸਰ ਬਿਮਾਰ ਹੋ ਜੂਗੇ, ਇਹਨਾਂ ਦਾ ਬਹਾਨਾ ਲੱਗ ਜਾਏਗਾ, ਇਹ ਵੀ ਕਈ ਲੋਕਾਂ ਨੂੰ ਪਤਾ ਸੀਗਾ, ਪਰ ਇਕਦਮ ਤੇ ਇਹ ਗੱਲ ਆਏਗੀ ਉਹ ਐਨ ਟਾਈਮ ਦੇ ਉੱਪਰ, ਮਤਲਬ ਕਿ ਹੋਏ ਨਹੀਂ ਟਾਈਮ ਸੀਗਾ, ਟਾਈਮ ਟੱਪ ਗਿਆ, ਉਸ ਤੋਂ ਬਾਅਦ ਲੈਟਰ ਆਉਂਦਾ ਕਿ ਜਿਹੜੇ ਆਫਿਸਰ ਨੇ ਉਹ ਬਿਮਾਰ ਹੋ ਗਏ ਨੇ, ਤੇ ਇਹ ਏਦਾਂ ਦਾ ਬੰਦਾ ਮਸਲਾ ਚੱਲਦਾ ਹੁੰਦਾ। ਮਕਸਦ ਇੱਕ ਸੀਗਾ ਕਿ ਕੱਲ੍ਹ ਇਲੈਕਸ਼ਨ ਨਾ ਹੋਵੇ, ਉਹਦੇ ਵਿੱਚ ਬੀਜੇਪੀ ਕਾਮਯਾਬ ਰਹੀ। 8 ਸਾਲਾਂ ਤੋਂ ਚੰਡੀਗੜ੍ਹ ਦੇ ਵਿੱਚ ਮੇਅਰ ਰਹੇ ਨੇ ਤੇ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਵੀ ਜ਼ਰੂਰ ਜ਼ੋਰ ਅਜਮਾਇਸ਼ ਕਰਨ ਦੀ ਕੋਸ਼ਿਸ਼ ਹੋਈ ਹੈ ਕਿ ਇੱਕ ਵਾਰ ਫਿਰ ਤੋਂ ਚੰਡੀਗੜ੍ਹ ਤੇ ਬੀਜੇਪੀ ਹੀ ਕਾਬਜ਼ ਰਵੇ। ਦੇਖੋ, ਕੋਈ ਵੀ ਸੱਤਾ ਪੱਖ ਹੈ, ਜਿਹੜੀ ਰਾਜਨੀਤੀ ਹੈ, ਇਹੀ ਦੱਸਦੀ ਹੈ ਕਿ ਜੋ ਸੱਤਾ ਪੱਖ ਹੈਗਾ, ਜਿਹਦੇ ਕੋਲ ਬਹੁਮਤ ਹੈਗਾ ਜਾਂ ਜੋ ਬਹੁਮਤ ਕਰ ਸਕਦਾ ਹੈਗਾ ਆ, ਉਹ ਬੰਦਾ ਜ਼ੋਰ ਲਗਾਉਂਦਾ, ਜ਼ੋਰ ਅਜਮਾਇਸ਼ ਕਰਦਾ। ਬੀਜੇਪੀ ਸੱਤਾ ਪੱਖ ਦੇ ਵਿੱਚ ਹੈਗੀ ਸੀ, ਹੁਣ ਤੱਕ ਉਹਨਾਂ ਦਾ ਮੇਅਰ ਰਿਹਾ, ਤੇ ਇਸ ਵਾਰ ਵੀ ਉਹਨਾਂ ਦੀ ਕੋਸ਼ਿਸ਼ ਹੈ ਕਿ ਸਾਡਾ ਹੀ ਮੇਅਰ ਬਣੇ, ਜਾਂ ਕਿ ਦੂਜੇ ਪਾਸੇ ਕਾਂਗਰਸ, ਜਿਹੜੀ ਕਾਂਗਰਸ ਔਰ ਆਮ ਆਦਮੀ ਪਾਰਟੀ ਇਕੱਠੇ ਹੋਏ ਨੇ, ਉਹਨਾਂ ਦੇ ਇਕੱਠੇ ਹੋਣ ਦੇ ਕਾਰਨ ਇਹ ਜਿਹੜੀ ਸਥਿਤੀ ਸੀਗੀ, ਧੂਮਿਲ ਬਣੀ ਹੋਈ ਸੀਗੀ ਕਿ ਇੱਕ ਸਸਪੈਂਸ ਸੀਗਾ ਕਿ ਕਿਆ ਹੋਏਗਾ, ਬੀਜੇਪੀ ਦਾ ਬਣੇਗਾ ਨਹੀਂ ਮਿਲੇਗਾ, ਉਸ ਨੂੰ ਟਾਲਣ ਵਾਸਤੇ ਜਿਹੜਾ ਹੋਰ ਟਾਈਮ ਜਿਹੜਾ ਹੈਗਾ ਇਹ ਹੈਗਾ, ਹੁਣ ਉਹਨੂੰ ਮਿਲ ਗਿਆ ਤੇ ਇਹਦੇ ਵਿੱਚ ਹੁਣ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਆਉਣ ਵਾਲੇ ਟਾਈਮ ਦੱਸੇਗਾ। ਪਰ ਇਹ ਗੱਲ ਸਾਫ਼ ਹੈਗੀ ਹੈ ਕਿ ਜੋ ਵੀ ਸੱਤਾ ਪੱਖ ਚਾਹ ਰਿਹਾ ਸੀਗਾ ਉਹ ਆਪਣੀ ਪੂਰੀ ਜਿਹੜੀ ਰਣਨੀਤੀ ਹੈ ਉਹਦੇ ਵਿੱਚ ਕਾਮਯਾਬ ਰਿਹਾ। ਪਰ ਇੱਕ ਚੀਜ਼ ਹੋਰ ਇੱਥੇ ਬਹੁਤ ਵੱਡੀ ਹੈ ਕਿ ਦੇਖੋ ਇੰਡੀਆ ਗੱਠਜੋੜ ਤੇ ਬੜਾ ਸਟ੍ਰੈਸ ਰਾਘਵ ਚੱਡਾ ਨੇ ਦਿੱਤਾ, ਪਵਨ ਕੁਮਾਰ ਬਾਂਸਲ ਨੇ ਦਿੱਤਾ ਕਿ ਬੀਜੇਪੀ ਬੜੀ ਘਬਰਾਹਟ ਵਿੱਚ ਹੈ। ਰੌਲੇ ਸਭ ਤੋਂ ਵੱਡੇ ਇਹ ਨੇ ਕਿ ਹਾਈਕੋਰਟ ਨੇ ਆਬਜ਼ਰਵੇਸ਼ਨਸ ਬੜੀਆਂ ਸਖਤ ਦਿੱਤੀਆਂ ਕਿ ਡੀਜੀਪੀ ਚੰਡੀਗੜ੍ਹ ਕੀ ਕਰ ਰਹੇ ਸੀ, ਜੇ ਕੋਈ ਤੁਹਾਡੇ ਕੋਲ ਸੀਆਈਡੀ ਇਨਪੁੱਟ ਸੀ, ਇੰਟੈਲੀਜੈਂਸ ਇਨਪੁੱਟ ਸੀ, ਤਾਂ ਤੁਸੀਂ ਕਾਨੂੰਨ ਤੇ ਵਿਵਸਥਾ ਨੂੰ ਮੇਨਟੇਨ ਕਰ ਸਕਦੇ ਸੀ। ਕੀ ਆਖਿਰਕਾਰ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਪ੍ਰੀ ਲੈਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਸਾਡੇ ਕੋਲ ਖੁਫੀਆ ਇਨਪੁੱਟ ਸੀ ਇਸ ਕਰਕੇ ਇਸ ਨੂੰ
ਡਿਲੇ ਦਾ ਜ਼ਿਕਰ ਹੋਇਆ, ਪ੍ਰੈਜ਼ਾਈਡਿੰਗ ਅਫਸਰ ਬਿਮਾਰ ਹੋਏ? ਹਾਂ ਬਿਲਕੁਲ, ਦੇਖੋ ਕਿਸ਼ਨ, ਜਦੋਂ ਤੁਸੀਂ ਰਾਕੇਸ਼ ਚੱਡਾ ਔਰ ਜਿਹੜੇ ਪਵਨ ਬੰਸਲ ਉਹਦੀ ਗੱਲ ਕੀਤੀ ਹੈ, ਵੱਡੇ ਲੀਡਰ ਨੇ ਦੋਨੋਂ ਹੀ, ਅਤੇ ਉਹ ਆਪਣੇ ਪਵਨ ਬੰਸਲ ਜਿਹੜੇ ਨੇ ਸਾਬਕਾ ਕੇਂਦਰੀ ਮੰਤਰੀ ਰਹਿ ਚੁੱਕੇ ਨੇ ਅਤੇ ਰਾਕੇਸ਼ ਚੱਡਾ ਵੀ ਬੜੇ ਸੰਸਦ ਮੈਂਬਰ ਨੇ, ਅਤੇ ਉਹਨਾਂ ਦੋਨਾਂ ਦਾ ਇਸ ਮਸਲੇ 'ਤੇ ਜਾਣਾ ਇਸ ਗੱਲ ਔਰ ਸਾਬਤ ਕਰਦਾ ਕਿ ਉਹ ਇਸ ਪੂਰੇ ਮਸਲੇ ਨੂੰ ਜਿਹੜਾ ਸੀਗਾ ਵੀ ਕੋਈ ਵੀ ਧੱਕਾ, ਆਪਾਂ ਕਹੀਏ ਵੀ ਜਿਹੜੀ ਸੱਤਾ ਪਕਸ਼ ਹੈ, ਚਾਹੇ ਉਹ ਬੀਜੇਪੀ ਆਪਾਂ ਗੱਲ ਕਰੀਏ, ਚੰਡੀਗੜ੍ਹ ਦੀ ਗੱਲ ਕਰੀਏ, ਜਾਂ ਜਿਹਨੂੰ ਕਹਿੰਦੇ ਸੈਂਟਰ ਤੋਂ ਚੱਲਦੀ, ਵੀ ਕੋਈ ਵੀ ਧੱਕਾ ਨਾ ਹੋ ਸਕੇ, ਅਗਰ ਧੱਕਾ ਹੁੰਦਾ ਹੈਗਾ ਤਾਂ ਉਹਨੂੰ ਚੰਗੀ ਤਰ੍ਹਾਂ ਐਕਸਪੋਜ਼ ਕੀਤਾ ਜਾਵੇ ਅਤੇ ਅਗਰ ਸੱਤਾ ਵੀ ਬਣ ਜਾਂਦੀ ਹੈ, ਅਸੀਂ ਬਣਦੇ ਤਾਂ ਵੀ ਇਸਦਾ ਜਿਹੜਾ ਹੈਗਾ ਜਿਹੜਾ ਮਾਮਲਾ ਪੂਰੀ ਤਰ੍ਹਾਂ ਨਾਲ ਉਠਾਇਆ ਜਾਵੇ ਕਿ ਇੰਡੀਆ ਗੱਠਜੋੜ ਦੀ ਜਿੱਤ ਹੋਈ ਹੈ। ਦੂਜੀ ਗੱਲ ਹੈ ਜਿਹੜੀ ਪੁਲਿਸ ਹੈਗੀ ਹੈ, ਦੇਖੋ ਪੁਲਿਸ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਹੀ ਜਿਹੜੇ ਹੈਗੇ ਆ ਉਹ ਕਿਸੇ ਨਾ ਕਿਸੇ ਪ੍ਰੋਟੋਕੋਲ 'ਚ ਬੰਦੀ ਹੁੰਦੀ ਹੈ ਅਤੇ ਕਿਸੇ ਨਾ ਕਿਸੇ ਉਹਦੇ ਪਰ ਜਿਹੜਾ ਰਾਜਨੀਤਿਕ ਪ੍ਰੈਸ਼ਰ ਵੀ ਹੁੰਦਾ ਹੈਗਾ ਅਤੇ ਇਹ ਸਾਰੀਆਂ ਗੱਲਾਂ ਉਹਨਾਂ ਪਰ ਪੁਲਿਸ 'ਤੇ ਆਉਂਦੀਆਂ ਨੇ, ਪਰ ਜੋ ਗੱਲਾਂ ਉੱਠੀਆਂ ਨੇ ਹੋ ਸਕਦਾ ਕਿ ਬਚਾਅ ਵਾਸਤੇ ਕਹੀ ਜਾਊ ਕਿ ਕਮਾਂਡੋ ਜੋ ਅੰਦਰ ਵੜ ਗਏ ਸੀਗੇ, ਪਰ ਉਹ ਇੱਥੇ ਆ ਕੇ ਇੱਕ ਵਾਰੀ ਉਲਟੀ ਪਈ ਹੈ ਪੁਲਿਸ ਦੇ ਉੱਪਰ, ਚੰਡੀਗੜ੍ਹ ਪ੍ਰਸ਼ਾਸਨ ਦੇ ਉੱਪਰ। ਉਹਨੂੰ ਕਿਹਾ ਵੀ ਜੇ ਇੰਨੀ ਸਥਿਤੀ ਖਰਾਬ ਸੀਗੀ, ਤੁਸੀਂ ਫਿਰ ਇਸ ਨੂੰ ਲੈ ਕੇ ਪੂਰੇ ਮੇਅਰਸ ਕਿਉਂ ਨਹੀਂ ਲਿੱਤੇ ਹੈਗੇ ਅਤੇ ਕੋਰਟ ਨੇ ਵਾਕਈ ਹੀ ਝਾੜ ਲਗਾਈ ਹੈ ਜਿਹੜੇ ਕਿ ਲਗਾਉਣੀ ਵੀ ਚਾਹੀਦੀ ਸੀਗੀ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਸਭ ਕੁਝ ਸਹੀ ਹੋਵੇ ਤਾਂ ਪੁਲਿਸ ਨੇ ਕੀ ਕੀਤਾ ਹੈਗਾ, ਪੁਲਿਸ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਹੈਗੀ, ਅਗਰ ਕੋਈ ਗਲਤ ਹੋਇਆ ਤਾਂ ਉਹਦੇ ਪਰ ਕੀ ਕਾਰਵਾਈ ਕੀਤੀ ਗਈ, ਇਹ ਵੀ ਪੁੱਛਿਆ ਗਿਆ ਸੀਗਾ। ਪਰ ਪੁਲਿਸ ਜਿਹੜੀ ਹੈਗੀ ਆ ਅੱਜ ਵੀ ਜਿਹੜੀ ਹੈਗੀ, ਕੱਲ੍ਹ ਵੀ ਉਹਨਾਂ ਨੇ ਕਾਫੀ ਉੱਥੇ ਜਿਹੜੀ ਵਿਵਸਥਾ ਕੀਤੀ ਸੀਗੀ, ਕਾਫੀ ਜਿਹੜੇ ਸੀਗੇ ਉਹ ਜਿਹੜਾ ਧਾਰਾ 144 ਵੀ ਲਗਾਈ ਸੀਗੀ, ਉਸ ਦੇ ਬਾਵਜੂਦ ਦੇਖੋ ਲੀਡਰ ਪਹੁੰਚੇ ਨੇ, ਆਪਣੇ ਆਪਣੇ ਬਿਆਨ ਦਿੱਤੇ ਨੇ, ਜਦਕਿ ਜਦ ਇਲੈਕਸ਼ਨ ਨਹੀਂ ਸੀਗਾ ਫਿਰ ਵੀ ਪਹੁੰਚੇ ਨੇ। ਪਰ ਇਹ ਗੱਲ ਸਾਫ਼ ਹੈ ਕਿ ਜਿਹੜੀ ਬੀਜੇਪੀ ਹੈਗੀ ਆ ਇਸ ਟਾਈਮ ਜਿਹੜੀ ਹੈਗੀ ਪੂਰੇ 705 ਹੈਗੀ ਆ, ਜਿਹੜੇ ਸੱਤਾ ਪੱਖ ਹੈਗਾ। ਚੀਜ਼ ਨਿਕਲਿਆ ਕਲੀਅਰ ਹੋ ਰਹੀ ਜੋਸ਼ੀ ਸਾਹਿਬ, ਦੇਖੋ ਇੱਕ ਪੱਖ ਤਾਂ ਇਹ ਸਾਹਮਣੇ ਆ ਰਿਹਾ ਕਿ ਚੰਡੀਗੜ੍ਹ ਦੀ ਪੁਲਿਸ ਕਹਿ ਰਹੀ ਹੈ ਕਿ ਸਾਡੇ ਕੋਲ ਸੁਰੱਖਿਆ ਨੂੰ ਲੈ ਕੇ ਇੱਕ ਇਨਪੁੱਟ ਸੀ, ਜੇ ਇਨਪੁੱਟ ਸੀ ਤਾਂ ਉਸ ਤੇ ਕਲੈਰਿਟੀ ਕਰਨੀ ਚਾਹੀਦੀ ਸੀ। ਦੂਜੇ ਪਾਸੇ ਪ੍ਰੈਜ਼ਾਈਡਿੰਗ ਅਫਸਰ ਚਲੋ ਠੀਕ ਹੈ ਬਿਮਾਰ ਹੋਏ ਨੇ, ਕਿਸੇ ਦਾ ਕਿਸੇ ਬਿਮਾਰੀ ਤੇ ਜਾਂ ਬਿਮਾਰ ਹੋਣ ਤੇ ਕੋਈ ਵੱਸ ਨਹੀਂ ਹੁੰਦਾ, ਤਾਂ ਜਿਹੜਾ ਪਹਿਲਾ ਪੁਆਇੰਟ ਹੈ ਨਾ ਇਹ ਹਜ਼ਮ ਨਹੀਂ ਹੋ ਰਿਹਾ ਕਿ ਆਖਿਰਕਾਰ ਜੇ ਕੋਈ ਇਨਪੁੱਟ ਸੀ ਤਾਂ ਡੀਜੀ ਸਾਹਿਬ ਨੇ ਕੀ ਕੋਈ ਹੋਰ ਏਜੰਸੀਜ਼ ਨਾਲ ਸਾਂਝਾ ਕੀਤਾ ਕਿ ਪੰਜਾਬ ਤੇ ਹਰਿਆਣਾ ਦੀ ਕੋਈ ਇਸ ਤੇ ਯੋਗਦਾਨ ਮੰਗਿਆ ਗਿਆ ਕਿ ਸਾਨੂੰ ਤੁਹਾਡੇ ਬਹੁਤ ਸਖਤ ਜ਼ਰੂਰਤ ਹੈ ਇਸ ਯੋਗਦਾਨ ਦੀ? ਆਖਿਰਕਾਰ ਉਸ ਇਨਪੁੱਟ ਤੋਂ ਬਾਅਦ ਇਲੈਕਸ਼ਨ ਬਿਲਕੁਲ ਸਿਰ ਤੇ ਸੀ, ਤਾਂ ਇਸ ਤਰੀਕੇ ਨਾਲ ਤਾਂ ਹਾਈ ਕੋਰਟ ਸਪਸ਼ਟ ਲਹਿਜੇ 'ਚ ਕਹਿ ਰਿਹਾ ਕਿ ਫਿਰ ਵਿਧਾਨ ਸਭਾ ਦੇ ਇਲੈਕਸ਼ਨਸ ਨੇ, ਫਿਰ ਉੱਥੇ ਤੁਹਾਡੇ ਇਨਪੁੱਟਸ ਕੀ ਕੁਛ ਕਰਨਗੇ? ਦੇਖੋ ਜੋ ਵੀ ਕਦੋਂ ਕਾਨੂੰਨ ਵਿਵਸਥਾ ਦੀ ਸਥਿਤੀ ਬਣਦੀ ਹੈ, ਅਗਰ ਕੋਈ ਇਹਦੀ ਪਲੀ ਲੈਂਦਾ ਹੈ, ਕੋਈ ਵੀ ਲੈਂਦਾ ਹੈਗਾ, ਤਾਂ ਇਹਦੇ ਪਰ ਜਿਹੜਾ ਸਭ ਤੋਂ ਬੜਾ ਸਵਾਲ ਹੈ ਉਹ ਪੁਲਿਸ ਤੋਂ ਉੱਥੇ ਪਹਿਲਾਂ ਉਸ ਤੋਂ ਜਵਾਬ ਮੰਗਿਆ ਜਾਂਦਾ। ਉਹਨਾਂ ਨੇ ਗੱਲ ਦੱਸੀ ਸਾਰੀ ਵੀ ਕਿਸ ਤਰ੍ਹਾਂ ਇਹ ਲੋਕ ਉਰੇ ਆਉਂਦੇ ਨੇ, ਕਿਸ ਤਰ੍ਹਾਂ ਆ ਕੇ ਸਾਰੀ ਕਾਰਵਾਈ ਨੂੰ ਅੰਜਾਮ ਦਿੰਦੇ ਨੇ, ਕਿੱਦਾਂ ਕਮਾਂਡੋ ਅੰਦਰ ਵੜਦੇ ਨੇ, ਜਿੱਦਾਂ ਕਿ ਵਾਰ ਵਾਰ ਜ਼ਿਕਰ ਕੀਤਾ ਜਾਂਦਾ ਹੈਗਾ ਆ। ਅਤੇ ਇਸ ਨੂੰ ਲੈ ਕੇ ਹੀ ਜਿਹੜੀ ਸਾਰੀ ਗੱਲ ਕਿ ਸਾਰੀ ਜਿਹੜੀ ਸਰਕਾਰ ਇਹ ਵੀ ਕਹਿ ਕਿ ਜਿਹੜੀ ਪੰਜਾਬ ਦੀ ਸਾਰੀ ਸਰਕਾਰ ਹੈਗੀ ਹੈ ਉਹ ਇਸ ਇਲੈਕਸ਼ਨ ਦੇ ਪਿੱਛੇ ਲੱਗੀ ਹੋਈ ਹੈ, ਅਤੇ ਕਾਂਗਰਸ ਜਿਹੜੀ ਹੈਗੀ ਹੈ ਲੀਡਰਸ਼ਿਪ ਉਹ ਵੀ ਲੱਗੀ ਹੋਈ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਇਲੈਕਸ਼ਨ ਜਿਹੜੀ ਹੈਗੀ ਹੈ ਕਿਸੇ ਨਾ ਕਿਸ ਤਰ੍ਹਾਂ ਅਸੀਂ ਜਿੱਤੀਏ, ਅਤੇ ਇਹ ਇਲਜ਼ਾਮ ਲਗਾ ਗਿਆ। ਪਰ ਇਹ ਜਿਹੜੀ ਗੱਲ ਸੀਗੀ ਜਿਹੜੀ ਪੁਲਿਸ ਨੂੰ ਜਿਹੜਾ ਹਾਈ ਕੋਰਟ ਹੈਗਾ, ਕਿਉਂਕਿ ਹਾਈ ਕੋਰਟ ਜਿਹੜਾ ਹੈਗਾ ਪੁਲਿਸ ਨੂੰ ਬਿਲਕੁਲ ਹੀ ਜਿਹੜਾ ਹੈਗਾ ਕੋਈ ਕੋਈ ਨਿਰਦੇਸ਼ ਜਾਰੀ ਕਰ ਸਕਦਾ, ਕੋਈ ਸਖਤ ਟਿੱਪਣੀਆਂ ਕਰ ਸਕਦਾ, ਚਾਹੇ ਡੀਜੀਪੀ ਹੈਗੇ ਨੇ, ਉਹਨਾਂ ਦਾ ਮਕਸਦ ਇਹੀ ਸੀਗਾ ਕਿ ਅੱਗੇ ਨੂੰ ਕੋਈ ਇੱਦਾਂ ਦੀ ਸਥਿਤੀ ਨਾ ਹੋਵੇ। ਪਰ ਦੂਜੀ ਜਿਹੜੀ ਗੱਲ ਸੀਗੀ, ਸਭ ਤੋਂ ਬੜੀ ਗੱਲ ਮੈਂ ਕਿਸੇ ਨੂੰ ਉੱਥੇ ਆਉਂਦਾ ਕਿ ਕੱਲ੍ਹ ਜਿਹੜੀ ਸੱਤਾ ਪੱਖ ਸੀਗਾ ਉਹਦਾ ਮਕਸਦ ਇਹੀ ਸੀਗਾ ਕਿ ਅੱਜ ਜਿਹੜੀ ਇਲੈਕਸ਼ਨ ਆ, ਅਗਰ ਸਾਡੇ ਪੱਖ ਦੇ ਵਿੱਚ ਗੋਟੀਆਂ ਨਹੀਂ ਪੈਂਦੀਆਂ, ਇਹ ਇਲੈਕਸ਼ਨ ਪੋਸਟਪੋਨ ਹੋਣਾ ਚਾਹੀਦਾ ਕਿਸੇ ਨਾ ਤਰੀਕੇ ਨਾਲ ਹੋਣਾ ਚਾਹੀਦਾ ਹੈਗਾ, ਅਤੇ ਉਹ ਅਫਸਰ ਬਿਮਾਰ ਹੋ ਗਏ ਅਤੇ ਇਲੈਕਸ਼ਨ ਜਿਹੜਾ ਪੋਸਟਪੋਨ ਬਿਲਕੁਲ ਹੋ ਗਿਆ, ਅਤੇ ਉਹ ਬੀਜੇਪੀ ਕੋਈ ਸੋਚ ਰਹੀ ਹੈ ਕਿ ਬਹੁਮਤ ਕਿਵੇਂ ਪੂਰਾ ਹੋਏਗਾ? ਦੇਖੋ ਜਿਹੜੀਆਂ ਰਾਤ ਦੀਆਂ ਤਸਵੀਰਾਂ ਸਾਡੇ ਕੋਲ ਆਈਆਂ ਉਹ ਆਮ ਆਦਮੀ ਪਾਰਟੀ ਤੇ ਕੌਂਸਲਰਸ ਦੀ ਆਈਆਂ ਜਿਹੜੇ ਕਿ ਇੱਕ ਕਮਰੇ 'ਚ ਬੈਠੇ ਹੈ, ਜਿਨ੍ਹਾਂ ਨੂੰ ਸਿਆਸੀ ਕੁਆਰੰਟਾਈਨ ਕਰ ਦਿੱਤਾ ਗਿਆ ਕਿ ਬੀਜੇਪੀ ਕਿਸੇ ਤਰੀਕੇ ਦਾ ਕੋਈ ਡੋਰਾ ਉਹਨਾਂ 'ਤੇ ਨਾ ਪਾ ਸਕੇ। ਮਕਸਦ ਉਹ ਕਹਿ ਰਹੇ ਇੱਕੋ ਹੀ ਹੈ ਕਿ ਭਾਜਪਾ ਤੋਂ ਚੰਡੀਗੜ੍ਹ ਬਚਾਉਣਾ ਹੈ। ਕਿਸ਼ਨ, ਸਾਰੇ ਬੰਦੇ ਬੈਠੇ ਨੇ ਕਾਂਗਰਸ ਦੇ ਵੀ ਉੱਥੇ ਜਿਹੜੇ ਨੇ ਪਾਰਸ਼ਦ ਬੈਠੇ ਨੇ, ਪਰ ਇੱਕ ਪਾਰਸ਼ਦ ਬਾਹਰ ਆਇਆ ਸੀਗਾ, ਹੁਣ ਤੱਕ ਮੁੜ ਕੇ ਵਾਪਸ ਨਹੀਂ ਗਿਆ।
ਜਸਵੀਰ ਸਿੰਘ ਬੰਟੀ, ਉਹ ਅੱਜ ਦੀ ਗੱਲ ਕਰੀਏ, ਉਹਨੇ ਸੁਰੱਖਿਆ ਲੈ ਲਈ ਆ, ਉਹ ਚੰਡੀਗੜ੍ਹ ਪੁਲਿਸ ਦੀ ਜਿਹੜੀ ਸੁਰੱਖਿਆ ਦੇ ਵਿੱਚ ਹੈਗਾ ਆ ਅਤੇ ਉਹ ਵਾਪਸ ਨਹੀਂ ਗਿਆ। ਇਸ ਤਰ੍ਹਾਂ ਹੀ ਉਹਨਾਂ ਨੂੰ ਬਾਕੀ ਡਰ ਹੈ ਕਿ ਜੇ ਹੋਰ ਕਾਂਗਰਸ ਦੇ ਜਿਹੜੇ ਪਾਰਸਦ ਜਾਂ ਕਿਸੇ ਹੋਰ ਆਮ ਆਦਮੀ ਪਾਰਸਦ ਨੂੰ ਕਿਸੇ ਨਾ ਕਿਸੇ ਨੂੰ ਇਹ ਜਿਹੜਾ ਹੈਗਾ ਉਹ ਇਸ ਤਰ੍ਹਾਂ ਨਾ ਕਿੱਦਾਂ ਜਾ ਸਕੇ, ਤਾਂ ਕਰਕੇ ਗੱਲ ਕਰ ਰਹੇ ਹਾਂ। ਪਰ ਜੋ ਬੀਜੇਪੀ ਹੈਗੀ ਉਹਨੂੰ ਅੱਜ ਵੀ ਕੱਲ੍ਹ ਵੀ ਸੀਗਾ ਇਸ ਤਰ੍ਹਾਂ ਦਾ ਹੀ ਕਿ ਸਾਡੇ ਪੱਖ ਦੇ ਵਿੱਚ ਗੋਟੀਆਂ ਬੈਠਣਗੀਆਂ, ਜਦ ਨਹੀਂ ਬੈਠਦੀਆਂ ਦੇਖੀਆਂ ਤਾਂ ਹੀ ਸਾਰਾ ਜਿਹੜਾ ਹੈਗਾ ਪੋਸਟਪੋਨ ਦਾ ਜਿਹੜਾ ਚੱਕਰ ਚੱਲਿਆ, ਸਾਰੀ ਜਿਹੜੀ ਮਸ਼ੀਨਰੀ ਹੈਗੀ ਆਪਾਂ ਕਹੀਏ ਕਿ ਉਹ ਸਾਰੀ ਹਰਕਤ ਚ ਆਈ ਹੈਗੀ ਹੈ ਅਤੇ ਉਹ ਇਲੈਕਸ਼ਨ ਪੋਸਟਪੋਨ ਵੀ ਹੋ ਗਏ ਨੇ। ਇਹ 'ਚ ਹਾਲੇ ਤੱਕ ਕੋਈ ਵੀ ਇਸ 'ਤੇ ਦੋ ਰਾਏ ਨਹੀਂ ਹੈਗੀ ਕਿ ਬੀਜੇਪੀ ਆਪਣੀ ਜੋ ਚੰਡੀਗੜ੍ਹ ਦੀ ਜਿਹੜੀ ਨਗਰ ਨਿਗਮ ਦੀ ਬੀਜੇਪੀ ਸੀਗੀ ਆਪਣੀ ਇਲੈਕਸ਼ਨ ਨੂੰ ਪੋਸਟਪੋਨ ਕਰਨ ਵਾਸਤੇ ਜੋ ਕਾਰਵਾਈ ਕਰ ਰਹੀ ਸੀਗੀ ਉਹ 'ਚੋਂ ਕਾਮਯਾਬ ਰਹੀ ਹੈ ਅਤੇ ਆਮ ਆਦਮੀ ਜਿਹੜੀ ਪਾਰਟੀ ਹੈਗੀ ਆ ਔਰ ਜਿਹੜੇ ਉਹ ਨੇ ਕਾਂਗਰਸ ਹੈਗੀ ਉਹ ਆਪਣੇ ਪਾਰਸਦਾਂ ਨੂੰ ਇਕਜੁੱਟ ਕਰਨ ਦੇ ਵਿੱਚ, ਇਕਜੁੱਟ ਰੱਖਣ ਦੇ ਵਿੱਚ ਉਹ ਵੀ ਕਾਮਯਾਬ ਦਿਖਾਈ ਦੇ ਰਹੇ ਨੇ। ਹੁਣ ਆਮ ਆਦਮੀ ਦੱਸੇਗਾ ਕਿ ਜਿਹੜਾ ਪੂਰਾ ਮਸਲਾ ਹੈ ਕਿਸ ਤਰ੍ਹਾਂ ਨਾਲ ਇਹ ਜਿਹੜਾ ਹੈਗਾ ਬੀਜੇਪੀ ਆਪਣੇ ਪੱਖ 'ਚ ਬਿਠਾਉਂਦੀ ਹੈ ਜਾਂ ਜਿਹੜਾ ਇੰਡੀਆ ਗਠਬੰਧਨ ਆ ਉਹ ਪੂਰੇ ਮਸਲੇ ਨੂੰ ਆਪਣੇ ਪੂਰੇ ਜਿਹੜਾ ਇਲੈਕਸ਼ਨ ਕ੍ਰੋਸ ਵੋਟਿੰਗ ਦਾ ਜ਼ਿਕਰ ਬਹੁਤ ਹੁੰਦਾ ਹੈ, ਵੀ ਥੋੜੇ ਜਿਹੇ ਸ਼ਬਦਾਂ 'ਚ ਜ਼ਰੂਰ ਸਮਝਾ ਦਿਓ। ਕ੍ਰੋਸ ਵੋਟਿੰਗ ਹੈ ਕਿਉਂਕਿ ਇੱਥੇ ਦਲ ਬਦਲੂ ਕਾਨੂੰਨ ਲਾਗੂ ਨਹੀਂ ਹੁੰਦਾ ਹੈਗਾ, ਕਾਂਗਰਸ ਵਾਲਾ ਵੀ ਜਾ ਕੇ ਪਰਚੀ ਮਿਲਦੀ ਹੈ ਉਹਨੇ ਵੋਟ ਪਾਣੀ ਹੈ ਉਹ ਜਾ ਕੇ ਬੀਜੇਪੀ ਨੂੰ ਪਾ ਸਕਦਾ, ਕਈ ਵਾਰ ਜਿਹੜੀਆਂ ਹੁੰਦੀਆਂ ਨੇ ਜਿਹੜੇ ਦੂਜੀ ਪਾਰਟੀ ਦੇ ਦੂਜੀ ਪਾਰਟੀ ਨੂੰ ਪਾ ਦਿੰਦੇ ਨੇ ਅਤੇ ਕ੍ਰੋਸ ਵੋਟਿੰਗ ਹੁੰਦੀ ਹੈ ਅਤੇ ਸਭ ਤੋਂ ਬੜੀ ਗੱਲ ਵੋਟਿੰਗ ਅਗਰ ਨਹੀਂ ਹੁੰਦੀ ਤਾਂ ਫਿਰ ਉਸ ਤੋਂ ਅਗਲਾ ਜਿਹੜਾ ਜਿਸਦਾ ਖਾਲਸਾ ਦਿਖਾਇਆ ਜਾਂਦਾ ਸੀ, ਕੱਲ੍ਹ ਵੀ ਜਿਹੜੇ ਲੀਡਰ ਕਹਿੰਦੇ ਰਹੇ ਨੇ ਆਪਣੇ ਆਮ ਆਦਮੀ ਪਾਰਟੀ ਦੇ ਵੀ ਕਾਂਗਰਸ ਦੇ ਵੀ ਹੋ ਸਕਦਾ ਸਾਡੀਆਂ ਵੋਟਾਂ ਜਿਹੜੀਆਂ ਕੈਂਸਲ ਕਰ ਦੇਣ ਇਹ ਵੀ ਜੀ ਇੱਧਰ ਵੀ ਲੱਗ ਗਈ ਸਿਆਹੀ ਇੱਧਰ ਵੀ ਲੱਗ ਗਈ ਜਿੱਦਾਂ ਕਿ ਪਹਿਲਾਂ ਵੀ ਹੁੰਦਾ ਰਿਹਾ, ਕੁਝ ਹੁੰਦਾ ਕਿ ਇਨਵੈਲਿਡ ਕਰ ਦਿੰਦੇ ਜਿਹੜੀ ਵੋਟ ਇਨਵੈਲਿਡ ਕਰਕੇ ਵੀ ਜਾ ਸਕਦੇ ਆ, ਹੁੰਦਾ ਕਿਉਂਕਿ ਉਹਦੇ ਵਿੱਚ ਹੁੰਦਾ ਕਿ ਬੰਦਾ ਕੋਰਟ ਜਾਂਦਾ ਆ, ਉਹਦੇ ਕੋਲ ਕੋਰਟ ਦੀ ਰੈਮਡੀ ਹੁੰਦੀ, ਕੋਰਟ ਜਾਂਦਾ ਹੈਗਾ ਇੱਕ ਸਾਲ ਦਾ ਮੇਅਰ ਦਾ ਇਲੈਕਸ਼ਨ ਹੁੰਦਾ, ਇੱਕ ਵਾਰ ਇੱਕ ਸਾਲ ਫੇਰ ਚੋਣ ਹੁੰਦੀ ਆ, ਉਹ ਖੋ ਸਕ ਕਈ ਵਾਰੀ ਇੱਕ ਸਾਲ ਫੈਸਲਾ ਨਹੀਂ ਹੁੰਦਾ ਹੈਗਾ, ਉਹ ਵਿੱਚ ਦੇ ਵਿੱਚ ਲੰਘ ਜਾਂਦਾ ਹੈ ਕਿ ਇਹ ਵੀ ਇੱਕ ਜਿਹੜਾ ਹੈਗਾ ਇਸ ਗੱਲ ਦਾ ਖਾਲਸਾ ਕਾਫੀ ਜਿਹੜੇ ਲੀਡਰ ਸੀ ਕੱਲ੍ਹ ਜਿਤਾ ਰਹੇ ਸੀਗੇ ਵੀ ਅਗਰ ਉਹ ਗਠਜੋੜ ਦੇ ਸਾਡੇ ਬੰਦੇ ਨਹੀਂ ਤੋੜ ਸਕੇ ਤਾਂ ਹੋ ਸਕਦਾ ਕਿ ਇਸ ਤਰ੍ਹਾਂ ਦਾ ਵੀ ਕੋਈ ਨਾ ਕੋਈ ਜਿਹੜੀ ਹੈਗੀ ਆ ਉਹ ਕੀ ਕਹਿੰਦੇ ਆ ਆਪਣਾ ਜਿਹੜਾ ਹੱਥ ਕੰਡਾ ਅਪਣਾ ਜਾ ਸਕੇ ਜਾਂ ਜਿਹੜੀਆਂ ਵੋਟਾਂ ਨੂੰ ਜਿਹੜਾ ਹੈਗਾ ਇਨਵੈਲਡ ਕਰਾ ਜਾ ਸਕੇ। ਪਰ ਇੱਥੇ ਗੱਲ ਸਾਫ਼ ਇਹ ਗੱਲ ਸਫਾਈ ਦੇਖਦੀ ਆ ਕਿ ਪਿਛਲੇ ਚਾਰ ਸਮੇਂ ਤੋਂ ਜਿਹੜੀ ਬੀਜੇਪੀ ਕਾਬਲ ਸੀਗੀ ਅਤੇ ਬੀਜੇਪੀ ਇਹ ਚਾਹੁੰਦੀ ਸੀਗੀ ਕਿ ਇਸ ਵਾਰ ਵੀ ਸਾਡਾ ਹੀ ਜਿਹੜਾ ਮੇਅਰ ਆ ਉਹ ਬਣੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਸ ਤਰ੍ਹਾਂ ਇੱਕਦਮ ਤੋਂ ਇਕੱਠੇ ਹੋ ਜਾਣਗੇ। ਬਿਲਕੁਲ, ਬਹੁਤ ਚੀਜ਼ਾਂ ਜਿਹੜੀਆਂ ਉਹ ਸਿਆਸਤ 'ਚ ਉਹ ਸ਼ਬਦੀ ਜਿਹੜੇ ਮੂੰਹ ਨਾਲ ਬਿਆਨ ਨਹੀਂ ਹੁੰਦੀਆਂ, ਪਰ ਹਾਲਾਤ ਦੱਸਦੇ ਆ ਕਿ ਬੜੀ ਘਬਰਾਹਟ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਹੈ, ਕਿਹੜੀ ਸਿਆਸੀ ਜਮਾਤ ਨੂੰ ਇਹ ਲੋਕ ਬੜੇ ਠੀਕ ਢੰਗ ਨਾਲ ਜਾਣਦੇ ਆ, ਪਰ ਬੀਜੇਪੀ 'ਤੇ ਐਲੀਗੇਸ਼ਨਸ ਕਿਉਂ ਲੱਗ ਰਿਹਾ? ਬੀਜੇਪੀ ਦੇ ਕੌਂਸਲਰਸ ਵੀ ਕੱਲ੍ਹ ਬੜੇ ਖਫਾ ਦਿਖਾਈ ਦਿੱਤੇ ਕਿ ਰਾਘਵ ਚੱਡਾ ਕੁਛ ਹੋਰ ਕਹਿੰਦੇ ਆ, ਮੁੱਖ ਮੰਤਰੀ ਭਗਵੰਤ ਮਾਨ ਕੁਛ ਹੋਰ ਕਹਿੰਦੇ ਆ, ਤਾਂ ਰੈਜੀਡੈਂਸ 'ਤੇ ਹਾਲਾਂਕਿ ਮੀਟਿੰਗਾਂ ਚੱਲੀਆਂ ਪਰ ਫਿਰ ਤੋਂ ਸਾਰੇ ਕੌਂਸਲਰਸ ਇਕੱਠੇ ਕਰ ਦਿੱਤੇ ਆ। ਕੌਂਸਲਰਸ ਇੰਡੀਆ ਗਠਜੋੜ ਦੇ ਕਹਿ ਰਹੇ ਆ ਕਿ ਪਰਿਵਾਰ ਛੱਡਣੇ ਮਨਜ਼ੂਰ ਨੇ, ਪਰ ਇਸ ਵਾਰ ਚੰਡੀਗੜ੍ਹ ਨੂੰ ਭਾਰਤੀ ਜਨਤਾ ਪਾਰਟੀ ਅਤੇ ਐਨਡੀਏ ਤੋਂ ਬਚਾਉਣਾ ਹੈ। ਸਵਾਲ ਹੈ ਕਿ 23 ਤਰੀਕ ਹਾਈਕੋਰਟ ਦੇ ਵਿੱਚ ਲੱਗੀ ਹੋਈ ਹੈ, ਕੀ ਕੁਝ ਖਾਸ ਰਹੇਗਾ? ਕਿ 6 ਤਰੀਕ ਨੂੰ ਹੀ ਪੱਕੇ ਤੌਰ ਤੇ ਇਲੈਕਸ਼ਨ ਹੋਏਗੀ, ਹਾਲਾਂਕਿ ਨੋਟੀਫਿਕੇਸ਼ਨ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਜਾਰੀ ਕੀਤਾ ਹੈ। ਤਾਂ ਜੋ ਸਰ, ਅਗਲੀ ਖਬਰ ਵੀ ਬਹੁਤ ਵੱਡੀ ਇੰਪੋਰਟੈਂਟ ਹੈ, ਜਿਹੜੀ ਕਿ ਸੁਧਾਰਕਰਾਂ ਦੇ ਵਿੱਚ ਕਿਵੇਂ 4 ਸਾਲਾਂ ਦੇ ਵਿੱਚ 43,000 ਕਾਲਸ ਦਾ ਇੱਕ ਜ਼ਿਕਰ ਹੁੰਦਾ ਹੈ, ਐਂਟੀਸਪੇਟਰੀ ਬਿੱਲ ਤੇ ਸੁਣਵਾਈ ਹੁੰਦੀ ਹੈ, ਤਾਂ ਹਾਈਕੋਰਟ ਦੀਆਂ ਬੜੀਆਂ ਸਖ਼ਤ ਟਿੱਪਣੀਆਂ ਸੀ ਕਿ ਜੇ ਪੰਜਾਬ ਦੀ ਪੁਲਿਸ ਜਾਂਚ ਸਹੀ ਢੰਗ ਨਾਲ ਨਹੀਂ ਕਰ ਸਕਦੀ ਤਾਂ ਅਸੀਂ ਇਸ ਕੇਸ ਨੂੰ CBI ਅਤੇ ED ਨੂੰ ਰੈਫਰ ਕਰ ਸਕਦੇ ਹਾਂ, ਭੇਜ ਸਕਦੇ ਹਾਂ। ਵੱਡਾ ਖੁਲਾਸਾ ਹੋਇਆ ਕਿ ਕਿਵੇਂ 5,000 ਟ੍ਰਾਂਜੈਕਸ਼ਨਸ ਆ, ਕਿਵੇਂ 4,300 ਤੋਂ ਵੱਧ ਜਿਹੜੇ ਫੋਨ ਕਾਲਸ ਕਿਹੜੇ ਕਿਹੜੇ ਨੰਬਰਾਂ 'ਤੇ ਹੋਈਆਂ, ਉਸ 'ਤੇ ਵੀ ਅਸੀਂ ਚਰਚਾ ਕਰਨ ਜਾ ਰਹੇ ਹਾਂ ਕਿ 4,200 ਨੰਬਰ ਜਿਹੜੇ ਸਾਹਮਣੇ ਆਏ ਨੇ, ਜੇਲ੍ਹ ਦੇ ਵਿੱਚ ਬੈਠ ਕੇ ਨੈਕਸਿਸ ਚਲਾਇਆ ਗਿਆ, ਨੈਕਸਿਸ ਕਿਉਂ ਚਲਾਇਆ ਗਿਆ, ਕੀ ਸੁਧਾਰਕਰ ਪੁਸ਼ਤ ਪਨਾਹੀ ਦਾ ਅੱਡਾ ਨੇ, ਕੌਣ ਪੁਸ਼ਤ ਪਨਾਹ ਇਹਨਾਂ ਨੂੰ ਕਰ ਰਿਹਾ? ਜੋ ਸਾਹਿਬ, ਇਹ ਬਹੁਤ ਵੱਡੀ ਜਿਹੜੀ ਅਪਡੇਟ ਸਵੇਰੇ ਆਈ ਹੈ ਕਿ 43,000 ਕਾਲਸ ਨੂੰ ਲੈ ਕੇ ਆਪਾਂ ਸ਼ੋਅ ਵੀ ਕੀਤਾ ਸੀ, ਤੁਹਾਡੇ ਯਾਦ ਹੋਊਗਾ, ਪਰ ਉਹਦੇ ਵਿੱਚ ਕਲੀਅਰ ਕੱਟ ਸ਼ਬਦਾਂ 'ਚ ਕਿਹਾ ਗਿਆ ਕਿ 5,000 ਜਿਹੜੀਆਂ ਬੈਂਕ ਟ੍ਰਾਂਜੈਕਸ਼ਨਸ ਹੋਈਆਂ, ਕਰੋੜਾਂ ਰੁਪਏ ਦੇ ਵਿੱਚ ਜਿਹੜਾ ਬਜਟ ਹੈ। ਆਖਿਰਕਾਰ ਜੇ ਜੇਲ੍ਹਾਂ 'ਚ ਕ੍ਰਿਮੀਨਲ ਬੰਦੇ ਇਸ ਤਰੀਕੇ ਨਾਲ ਬਿਜ਼ਨਸ ਕਰਨਗੇ
ਤਾਂ ਫਿਰ ਹੋਰ ਤਾਂ ਉਮੀਦ ਕੀਤੀ ਹੋਣੀ ਜਾ ਸਕਦੀ ਕਿਸੇ ਤੋਂ। ਹੁਣ ਤਾਂ ਫਿਰ ਕਹਾਣੀ ਖਤਮ ਸਮਝੀ ਅਸੀਂ। ਦੇਖੋ ਕ੍ਰਿਸ਼ਨ, ਇਹ ਕਾਫੀ ਜਿਹੜਾ ਮਸਲਾ ਹੈਗਾ ਕਾਫੀ ਚਰਚਿਤ ਹੋਇਆ, ਉਹਦਾ ਕਾਰਨ ਇੱਕ ਹੀ ਸੀਗਾ ਕਿ ਇੱਕ ਮਹੀਨਾ ਸੀ ਮਾਰਚ ਦਾ 2019 ਦਾ, 1 ਮਾਰਚ ਤੋਂ ਲੈ ਕੇ 31 ਮਾਰਚ ਤੱਕ ਜਿਹੜੀਆਂ ਇਹ ਕਾਲਾਂ ਸਾਰੀਆਂ ਕੀਤੀਆਂ ਗਈਆਂ ਨੇ, ਤਕਰੀਬ ਜਿਹੜੀਆਂ ਤੁਸੀਂ ਦੱਸ ਰਹੇ ਹੋ, ਅਤੇ ਇੰਨੀਆਂ ਕਾਲਾਂ ਇੱਕ ਵਿਅਕਤੀ ਵੱਲੋਂ ਕੀਤੀਆਂ ਗਈਆਂ ਆਪਣੇ ਫੋਨ ਤੋਂ ਕੀਤੀਆਂ ਗਈਆਂ। ਇਹ ਜਦੋਂ ਜਾਂਚ ਕੀਤੀ ਤਾਂ ਉਹਦੇ ਵਿੱਚ ਖੁਲਾਸਾ ਹੋਇਆ, ਇਸ ਮਸਲੇ ਨੂੰ ਲੈ ਕੇ ਕੋਰਟ ਦੀ ਝਾੜ ਤੋਂ ਬਾਅਦ, ਕੋਰਟ ਦੀ ਜਿਹੜੀ ਨਿਰਦੇਸ਼ਾਂ ਤੋਂ ਬਾਅਦ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ, ਉਹਦੇ ਬਾਅਦ ਜਿਹੜੇ ਸੀਗੇ ਜਿਹੜੇ 25 ਲੋਕਾਂ ਦੇ ਖਿਲਾਫ ਜਿਹੜੀ FIR ਦਰਜ ਹੋਈ, ਉਹਦੇ ਵਿੱਚ 11 ਪੁਲਿਸ ਦੇ ਅਫਸਰ ਸੀਗੇ ਅਤੇ ਬਾਕੀ ਹੋਰ ਸੀਗੇ। ਇਹਨਾਂ ਵਿੱਚ 19 ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈਗੀ ਹੈ। ਅਤੇ ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆਈ ਸੀ ਕਿ ਜਿਹੜੀ ਇਹ ਕਾਲ ਡਿਟੇਲ ਸੀਗੀ, ਇਹਨੂੰ ਖੰਗਾਲਣ ਦਾ ਮਕਸਦ ਇਹ ਸੀ ਕਾਲਸ ਕਿੱਥੇ ਹੋਈਆਂ। ਜੇ 5000 ਵਾਰ ਜਿਹੜੀ ਬੈਂਕ ਟ੍ਰਾਂਜੈਕਸ਼ਨ ਦੀ ਗੱਲ ਆਈ ਹੈ, ਉਹਦੇ ਵਿੱਚ ਇਹ ਸਭ ਤੋਂ ਵੱਡੀ ਗੱਲ ਆਈ ਹੈ, ਇਹ ਪੁਲਿਸ ਜਿਹੜੀ ਹੈਗੀ ਹੈ ਅਤੇ ਕੋਰਟ ਇਹਨੇ ਇਹ ਕਰਕੇ ਇਹ ਪਤਾ ਲਗਾਓ ਕਿ ਪੈਸੇ ਗਏ ਕਿੱਥੇ ਨੇ, ਕਿਹਨੂੰ ਦਿੱਤੇ ਗਏ ਨੇ, ਕਿਆ ਜੇਲ੍ਹ ਦੇ ਅਫਸਰ ਨੂੰ ਦਿੱਤੇ ਗਏ ਨੇ, ਕਿਆ ਜੇ ਕਿਸੇ ਨੂੰ ਰਿਸ਼ਵਤ ਤੌਰ 'ਤੇ ਦਿੱਤੇ ਗਏ ਨੇ, ਕਿਹੜੇ ਕਿਹੜੇ ਅਫਸਰ ਹੁੰਦੇ, ਕਿੱਥੇ ਕਿੱਥੇ ਪੈਸੇ ਗਏ, ਇਹਦੇ ਨਾਲ ਪਤਾ ਲਗਾਉਣ ਵਾਸਤੇ ਕਿਹਾ ਗਿਆ। ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਕਿਹੜੀ ਗੱਲ ਸਾਹਮਣੇ ਆਈ ਸੀਗੀ ਕਿ ਇਹਦੇ ਵਿੱਚ 2 ਬੰਦੇ ਮੇਨ ਸਾਹਮਣੇ ਆਏ ਸੀ, ਇੱਕ ਜਿਹੜੇ ਜੇਲ੍ਹ ਦੇ ਲਾਗੇ ਟੀ ਸਟਾਲ ਕਰਦਾ ਅਤੇ ਦੂਜਾ ਵਿਅਕਤੀ ਸੀਗਾ ਜਿਹੜਾ ਫੋਨ ਦੀ ਕਾਲ ਜਿਹੜੀ ਦੁਕਾਨ ਕਰਦਾ, ਫੋਨ ਦੀ ਜਿਹੜਾ ਸਮਾਨ ਵੇਚਣ ਦੀ ਦੁਕਾਨ ਕਰਦਾ, ਉਹਦਾ ਨਾਮ ਸਾਹਮਣੇ ਆਇਆ। ਉਹ ਬੰਦੇ ਏਦਾਂ ਦੇ ਸੀਗੇ ਕਿ ਜਿਹੜੇ ਦੋਨੋਂ ਬੰਦੇ ਸੀਗੇ ਉਹ ਆਪਣੀਆਂ ਘਰ ਵਾਲੀਆਂ ਦੇ ਫੋਨ ਦੇ ਉੱਪਰ ਜਿਹੜੀ ਸੀ ਪੈਸੇ ਦੀ ਟ੍ਰਾਂਜੈਕਸ਼ਨ ਕਰਾਉਂਦੇ ਸੀਗੇ। ਇੱਕ ਰਾਜੂ ਰਾਜ ਨਾਮ ਦਾ ਵਿਅਕਤੀ ਸੀਗਾ, ਉਹਦੇ ਘਰ ਵਾਲੀ ਦੇ ਫੋਨ ਦੇ ਉੱਪਰ ਤਕਰੀਬਨ 1.5 ਕਰੋੜ ਰੁਪਏ ਦੀਆਂ ਟ੍ਰਾਂਜੈਕਸ਼ਨਾਂ ਪਾਈਆਂ ਗਈਆਂ ਨੇ। ਇਸ ਤੋਂ ਗੱਲ ਸਾਫ਼ ਹੈ ਕਿ ਜਿਹੜਾ ਪੂਰਾ ਨੈਕਸਸ, ਕਿਆ ਪੁਲਿਸ ਨੂੰ ਪਤਾ ਨਹੀਂ ਹੈਗਾ। ਬਿਜ਼ਨਸ ਬਹੁਤ ਤਕੜਾ ਹੈ, ਦੇਖੋ ਜੇਲ੍ਹ ਇੱਕ ਤਾਂ ਵੈਸੇ ਹੀ ਸੁਧਾਰ ਘਰ ਦੇ ਵਿੱਚ ਪੁਸ਼ਤ ਪਣਾਹੀ ਤੋਂ ਬਿਨਾਂ ਕੰਮ ਚੱਲ ਨਹੀਂ ਸਕਦਾ। ਦੂਜਾ ਵੱਡਾ ਫੈਕਟਰ ਹੈ ਕਿ ਮੋਬਾਈਲ ਫੋਨ, ਤਮਾਮ ਸੁੱਖ ਸਹੂਲਤਾਂ, ਇਹ ਤਾਂ ਇੱਕ ਬਹੁਤ ਵੱਡੀ ਨੌਕਰੀ 'ਤੇ ਲੱਗੇ ਹੋਏ ਸੀ ਜਿਹੜੇ ਇਹ ਰਾਜੂ ਅਤੇ ਟਿੱਡੀ 2 ਮੁਲਜ਼ਮਾਂ ਦਾ ਨਾਮ ਹੁਣ ਸਾਹਮਣੇ ਆ ਰਿਹਾ। ਬਿਲਕੁਲ, ਦੇਖੋ ਰਾਜੂ ਰਾਜ ਅਤੇ ਜਿਹੜਾ ਸੋਨੂੰ ਟਿੱਡੀ ਹੈ, ਇਹ ਦੋਨਾਂ ਜਿਹੜੀ ਗੱਲ ਹੈ ਕਿ ਇਹ ਦੋਨੋਂ ਉਸ ਜੇਲ੍ਹ ਦੇ ਆਸ ਪਾਸ ਹੀ ਕੰਮ ਕਰਦੇ ਸੀਗੇ, ਇੱਕ ਦੀ ਚਾਹ ਦੀ ਦੁਕਾਨ ਹੈ, ਇੱਕ ਦੀ ਫੋਨ ਦੀ ਦੁਕਾਨ ਹੈਗੀ ਹੈ, ਅਤੇ ਉੱਥੇ ਕਿਆ ਪੁਲਿਸ ਨੂੰ ਪਤਾ ਨਹੀਂ ਸੀਗਾ ਕਿ ਕਿੱਥੋਂ ਇਹ ਕੀ ਕਰਦੇ ਨੇ। ਹੋਰ ਦੇਖੋ ਤੁਸੀਂ ਕਿ ਜਿੰਨਾ ਇਹਨਾਂ ਨੇ ਕਮਾਇਆ ਹੁਣ ਤੱਕ, ਦੇਖੋ ਜਿਵੇਂ 1.5 ਕਰੋੜ ਤੋਂ ਵੱਧ ਦਾ ਜ਼ਿਕਰ ਹੋ ਰਿਹਾ, ਇੰਨੀ ਤਾਂ ਸਾਡੇ DGP ਗੌਰਵ ਯਾਦਵ ਸਾਹਿਬ ਦੀ ਤਨਖਾਹ ਨਹੀਂ ਹੈ। ਦੇਖੋ ਕਿਸ ਨੇ ਇਹ ਜਿਹੜੀਆਂ ਕਾਲਜ ਤੋਂ ਜਿਹੜੀਆਂ ਟ੍ਰਾਂਜੈਕਸ਼ਨਾਂ ਹੋਈਆਂ ਨੇ ਫੋਨ ਤੋਂ ਹੋਈਆਂ ਨੇ, ਉਹ ਸਾਰੀਆਂ ਜਿਹੜੀਆਂ ਆਪਾਂ ਗੱਲ ਸਮਕਾ ਕਰਦੇ ਹਾਂ, ਤਾਂ ਉਸ ਤੋਂ ਇਹ ਸਾਹਮਣੇ ਆਇਆ ਕਿ ਇੰਨੇ ਉਹਦੇ ਕੋਲ ਪੈਸੇ ਗਏ ਨੇ। ਪੁਲਿਸ ਦੱਸ ਰਹੀ ਹੈ, ਰਿਕਾਰਡ ਦੱਸ ਰਿਹਾ ਹੈਗਾ, ਜਾਂਚ ਦੇ ਰਿਕਾਰਡ ਦੱਸ ਰਿਹਾ ਹੈਗਾ ਕਿ ਇੱਦਾਂ ਦੀ ਗੱਲ ਹੋਈ ਹੈਗੀ ਹੈ। ਪਰ ਇਹ ਗੱਲ ਸਭ ਤੋਂ ਬੜੀ ਦੁੱਖਦਾਈ ਗੱਲ ਹੈ ਕਿ ਇੰਨੇ ਪੈਸੇ ਜਿਹੜੇ ਅੰਦਰ ਬੈਠੇ ਲੋਕ ਸੀਗੇ, ਉਹ ਇਹਨਾਂ ਨੂੰ ਟ੍ਰਾਂਜੈਕਸ਼ਨ ਕਿਉਂ ਕਰਦੇ ਸੀਗੇ, ਕਿਉਂ ਇੰਨੀਆਂ ਟ੍ਰਾਂਜੈਕਸ਼ਨਾਂ ਕੀਤੀਆਂ ਗਈਆਂ, ਉਹ ਜਿਹੜੇ ਪੈਸੇ ਸੀਗੇ ਉਹ ਕਿਹਨੂੰ ਦਿੱਤੇ ਗਏ। ਜਿਹੜੀਆਂ ਕਾਲਸ ਦੀ ਗੱਲ ਕਰਦੇ ਹਾਂ, ਅਤੇ ਜਿਹੜੀਆਂ ਮੈਕਸੀਮਮ ਕਾਲਾਂ 1 ਮਹੀਨੇ 'ਚ ਹੋਈਆਂ, ਉਸ ਤੋਂ ਬਾਅਦ ਫਿਰ 221 ਜਾ ਕੇ ਇਹ ਕਾਲਸ ਕੀਤੀਆਂ ਜਾਂਦੀਆਂ ਜਿਹੜੀਆਂ ਆਉਂਦੀਆਂ ਨੇ ਅੰਦਰ ਬੈਠੇ ਨੇ, ਕਿ ਜਿਹੜੇ ਲੋਕ ਨੇ ਆਮ ਬੰਦਾ ਜਾਂਦਾ ਤਾਂ ਉਹਨੂੰ ਤਾਂ ਜਾ ਕੇ ਬੈਰਕ 'ਚ ਬੰਦ ਕਰ ਦਿੰਦਾ, ਜਿਹੜੇ ਇੱਦਾਂ ਦੇ ਬੜੇ ਬੜੇ ਤਸਕਰ ਜਾਂਦੇ ਆ, ਪੈਸੇ ਦਾ ਇਸਤੇਮਾਲ ਕਰਦੇ ਆ, ਉਹਨਾਂ ਨੂੰ ਕੋਈ ਵੀ ਉਹਨਾਂ ਨੂੰ ਹਰ ਚੀਜ਼ ਸੁਵਿਧਾ ਮਿਲਦੀ ਅੰਦਰ, ਫੋਨ ਕਾਲਸ ਮਿਲਦੇ ਨੇ, ਫੋਨ ਮਿਲਦੇ ਆ, ਪੈਸਾ ਲੈਣ ਦੇਣ ਕਰ ਸਕਦੇ ਅੰਦਰ ਬਹਿ ਕੇ। ਆਪਾਂ ਗੱਲ ਕਹੀਏ, ਅਗਰ ਇਹਦੀ ਆਪਾਂ ਚੰਗੀ ਤਰ੍ਹਾਂ ਗਹਿਰਾਈ ਨਾਲ ਜੇ ਪੁਲਿਸ ਜਾਂਚ ਕਰਦੇ, ਇਹ ਗੱਲ ਸਹੂਗੀ ਕਿ ਉਹ ਅੰਦਰ ਬੈਠ ਕੇ ਵੀ ਆਪਣਾ ਤਸਕਰੀ ਦਾ ਜਿਹੜਾ ਬਿਜ਼ਨਸ ਸੀਗਾ ਉਹ ਪੂਰੀ ਤਰ੍ਹਾਂ ਚਲਾ ਰਹੇ ਸੀਗੇ। ਤਸਕਰ ਨੇ 1 ਮਹੀਨੇ ਦੇ ਵਿੱਚ ਪਹਿਲਾਂ 38,000 ਕਾਲਾਂ ਕੀਤੀਆਂ ਗਈਆਂ, ਬਾਅਦ ਵਿੱਚ ਜੋ ਜਾਣਕਾਰੀ ਮਿਲੀ 43,000 ਲਗਭਗ ਕਾਲਾਂ ਕੀਤੀਆਂ ਗਈਆਂ, ਤੇ ਪੁਲਿਸ ਨੂੰ ਕੰਨੋ ਕੰਨੀ ਖਬਰ ਨਹੀਂ। ਹੁਣ ਇਹ ਵੀ ਕਿ ਆਖਿਰ ਜੇਲ੍ਹਾਂ ਦੇ ਵਿੱਚ ਮੋਬਾਈਲ ਫੋਨ ਪਹੁੰਚ ਕਿਵੇਂ ਜਾਂਦੇ ਨੇ? ਅਕਸਰ ਪੁਲਿਸ ਦੇ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਪੁਖਤਾ ਪ੍ਰਬੰਧ ਕੀਤੇ ਹੋਏ ਨੇ, ਜੈਮਰ ਲੱਗੇ ਨੇ, ਕਿਸੇ ਕਿਸਮ ਦਾ ਕਿਸੇ ਕੋਲ ਮੋਬਾਈਲ ਫੋਨ ਨਹੀਂ, ਪਰ ਜਦੋਂ ਸਰਚ ਆਪਰੇਸ਼ਨ ਚਲਾਇਆ ਜਾਂਦਾ ਜੇਲ੍ਹ ਦੇ ਵਿੱਚ, ਤਲਾਸ਼ੀ ਮੁਹਿੰਮ ਚਲਾਈ ਜਾਂਦੀ ਤਾਂ ਮੋਬਾਈਲ ਫੋਨ ਵੀ ਬਰਾਮਦ ਹੋ ਜਾਂਦੇ ਨੇ, ਫਿਰ ਕਿਹਾ ਇਹ ਵੀ ਜਾਂਦਾ ਕਿ ਕੰਧ ਦੇ ਪਾਸਿਓ ਸੁੱਟ ਦਿੱਤਾ, ਕਿਹੜੀਆਂ ਕੰਧਾਂ ਨੇ ਜਿੱਧਰੋਂ ਵੀ ਫੋਨ ਆਉਂਦਾ। ਐਡ ਆਨ ਕਰਨੀ ਪਏਗੀ ਕਿ ਇਹ ਕਮਾਊ ਪੁੱਤ ਨੇ, ਇਹ ਮੰਨਣਾ ਹੀ ਪਏਗਾ, ਕਿਉਂਕਿ ਬਹੁਤ ਜੋਸ਼ ਸਾਹਿਬ ਦੇਖੋ ਇੱਕ ਚੀਜ਼ ਬੜੀ ਇੰਪੋਰਟੈਂਟ ਹੈ, ਤੁਸੀਂ ਦੱਸਿਆ ਕਿ ਕਿੰਨਿਆਂ ਤੇ ਪਰਚਾ ਦਰਜ ਹੋਇਆ, ਕਿੰਨੇ ਉਹ ਪੁਲਿਸ ਮੁਲਾਜ਼ਮ ਸੀ। ਕਦੇ ਇਸ ਤਰੀਕੇ ਨਾਲ ਹੋ ਸਕਦਾ ਕਿ ਸੁਧਾਰ ਘਰ ਦੇ ਵਿੱਚ ਇੰਨੀ ਜ਼ਿਆਦਾ ਸੁਰੱਖਿਆ ਹੋਵੇ, ਇੰਨੀ ਜ਼ਿਆਦਾ ਗਾਰਡ ਲੱਗੀ ਹੋਵੇ ਜਿੱਥੇ ਚਿੜੀ ਨਹੀਂ ਫੜ ਮਾਰ ਸਕਦੀ?
ਬਿਲਕੁਲ ਕ੍ਰਿਸ਼ਨ, ਇਹ ਗੱਲ ਬਿਲਕੁਲ ਸਾਫ਼ ਹੈ। ਸਭ ਨੂੰ ਪਤਾ ਕਿ ਕਿਸ ਤਰ੍ਹਾਂ ਜਾਂਦਾ ਇਹ, ਜਿਹੜੇ ਚਾਹ ਬਣਾਉਣ ਵਾਲੇ ਨੇ ਜਾਂ ਫੋਨ ਦੀਆਂ ਕਾਲ ਦੁਕਾਨਾਂ ਵਾਲੇ ਬੰਦੇ ਨੇ, ਇਹਨਾਂ ਦਾ ਪੂਰਾ ਨੈਕਸਸ ਚੱਲਦਾ ਹੈਗਾ। ਜਦੋਂ ਗੱਲ ਆਉਂਦੀ ਹੈ ਅੰਦਰੋਂ ਫੋਨ ਪੜੇ ਜਾਂਦੇ ਤਾਂ ਇਹ ਪਲੀ ਦਿੱਤੀ ਜਾਂਦੀ ਹੈ ਕਿ ਦੀਵਾਰ ਫੰਦ ਕੇ ਜਾਂ ਦੀਵਾਰ ਤੋਂ ਅੰਦਰ ਸੁੱਟ ਦਿੱਤੇ ਜਾਂਦੇ ਨੇ। ਇੱਦਾਂ ਕੋਈ ਤੁਸੀਂ ਸੁੱਟ ਕੇ ਕਦੇ ਦੇਖ ਲਓ ਕਿ ਕੋਈ ਚੀਜ਼ ਜਾਂਦੀ ਹੈ, ਤੁਹਾਨੂੰ ਜੇਲ੍ਹ ਦੀ ਕੰਧ ਦੇ ਕੋਲ ਫਟਕਣ ਨਹੀਂ ਦਿੱਤਾ ਜਾਂਦਾ। ਬਿਲਕੁਲ, ਪਰ ਇਹ ਜਿਹੜਾ ਸਾਰਾ ਸਿਸਟਮ ਹੈਗਾ ਇਹ ਕੋਰਟ ਨੂੰ ਦੱਸਣ ਵਾਸਤੇ ਹੈ। ਪਰ ਅਸਲ 'ਚ ਤਾਂ ਇਹ ਚਾਹ ਬਣਾਉਣ ਵਾਲੇ ਚਾਹ ਅੰਦਰ ਕਦ ਜਾਂਦੀ ਹੋਇਆ, ਹਰ ਜਗ੍ਹਾ ਚਾਹ ਜਾਂਦੀ, ਚਾਹ ਦੇਣੇ ਵਾਲੇ ਇਹ ਬੰਦੇ ਨੇ ਉਹ ਕਰਦੇ ਨੇ ਚੀਜ਼ ਇਦਾਂ ਚੀਜ਼ ਜਿਹੜੀਆਂ ਨਾ ਜਨਤਕ ਹੋ ਗਈਆਂ। ਇਹ ਤਾਂ ਹਾਈ ਕੋਰਟ ਦੇ ਵਿੱਚ ਠੀਕ ਆ, ਕੋਈ ਬੇਲ ਐਪਲੀਕੇਸ਼ਨ ਲੱਗੀ ਹੋਈ ਸੀ, ਗੀਤਾਂਜਲੀ ਨਾਂ ਦੀ ਮੁਲਜ਼ਮ ਸੀ, ਉਸ ਤੇ ਹਾਈ ਕੋਰਟ ਸੁਣਵਾਈ ਕਰ ਰਹੇ ਸੀ। ਜਿਹੜੀਆਂ ਚੀਜ਼ਾਂ ਜੱਗ ਜ਼ਾਹਰੀ ਹੋ ਗਈਆਂ, ਜਿਹੜੀਆਂ ਚੀਜ਼ਾਂ ਹਲੇ ਪਰਦੇ ਦੇ ਪਿੱਛੇ ਨੇ, ਉਹਨਾਂ ਨੈਕਸਿਸ ਨੂੰ ਕਿਵੇਂ ਉਜਾਗਰ ਕਰੋਗੇ? ਦੇਖੋ ਇਹ ਗੱਲ ਸਾਬਤ ਹੋ ਗਈ ਹੈ ਕਿ ਕਰੋੜਾਂ ਰੁਪਏ ਦਾ ਧੰਦਾ ਪੰਜਾਬ ਦੀਆਂ ਤੇ ਜੇਲ੍ਹਾਂ ਚੱਲ ਸਕਦਾ ਹੈ, ਤਾਂ ਫਿਰ ਹੋਰ ਕਿਸੇ ਨੂੰ ਕੀ? ਅਗਲਾ ਜੁਰਮ ਕਰਕੇ ਜੇਲ੍ਹ ਜਾਵੇ, ਉੱਥੇ ਬਿਲਕੁਲ ਪੁਸ਼ਤ ਪਨਾਹੀ ਹੈ, ਨਾਲੇ ਸੁਧਾਰ ਕਰਨ ਦੇ ਵਿੱਚ ਸੁਧਰਨ ਦੀ ਜ਼ਰੂਰਤ ਨਹੀਂ ਹੈ। ਬੈਠ ਕੇ ਆਪਣਾ ਸੇਫ ਸਾਈਡ ਹੋ ਕੇ ਬਿਜ਼ਨਸ ਕਰੋ, ਹੋਰ ਲੋਕ ਕੀ ਚਾਹੁੰਦੇ ਆ? ਲੋਕ ਤਾਂ ਵੈਸੇ ਹੀ ਭੁੱਖਮਰੀ ਦੇ ਸ਼ਿਕਾਰ ਨੇ। ਬਿਲਕੁਲ ਕਿਸੇ, ਦੇਖੋ ਕੋਰਟ ਨੇ ਬੜੀ ਸਖ਼ਤ ਟਿੱਪਣੀ ਕੀਤੀ, ਉਹਨਾਂ ਨੇ ਕਿਹਾ ਗਿਆ ਕਿ ਦੀਵਾਰ ਤੋਂ ਘੇਰ ਦਿੱਤਾ ਜਾਂਦਾ ਫੋਨ, ਤਾਂ ਉਹਨਾਂ ਨੇ ਕਿਹਾ ਉੱਥੇ ਪਲਾਸਟਿਕ ਦੀ ਜਾਲੀ ਲਾਈ ਜਾਵੇ, ਸਕੈਨਰ ਲਗਾਏ ਜਾਣ, ਬੋਡੀ ਸਕੈਨਰ ਲਾਏ ਜਾਣ, ਐਕਸਰੇ ਮਸ਼ੀਨਾਂ ਲਗਾਈ ਜਾਣ, ਕੋਈ ਬੰਦਾ ਬਾਹਰ ਤੋਂ ਨਹੀਂ ਜਾਂਦਾ। ਪਰ ਇਹ ਚਾਹ ਵਾਲੇ ਦਾ ਅਤੇ ਫੋਨ ਵਾਲੇ ਦਾ ਕੀ ਕਰੋਗੇ ਤੁਸੀਂ ਜਿਹੜੇ ਉਹਦੇ ਲਾ ਕੇ ਕੰਮ ਕਰਦੇ ਨੇ? ਇਹ ਸਭ ਤੋਂ ਬੜੀ ਚੁਣੌਤੀ ਨੇ ਇਹੋ ਜਿਹੇ ਲੋਕ, ਇੱਕ ਨਹੀਂ ਇਹਦਾ ਦੋਵਾਂ ਦਾ ਨਾਮ ਆਇਆ। ਅਧਿਕਾਰੀ ਵੀ ਤਾਂ ਕਿਤੇ ਨਾ ਕਿਤੇ ਮਿਲੇ ਹੋ ਸਕਦੇ ਨੇ ਨਾ? ਬਿਲਕੁਲ, ਪੁਲਿਸ ਅਧਿਕਾਰੀ ਦੇ ਮਿਲੀ ਭੁਗਤ ਤੋਂ ਬਿਨਾਂ, ਜਿਹੜਾ ਜੇਲ੍ਹ ਸਟਾਫ ਹੈ ਉਹਦੇ ਮਿਲੀ ਭੁਗਤ ਤੋਂ ਬਿਨਾਂ ਇਹ ਕੰਮ ਨਹੀਂ ਹੋ ਸਕਦਾ। ਇਹਦੇ ਵਿੱਚ ਵੀ ਸਾਬਕਾ 3 ਜੇਲ੍ਹ ਦੇ ਸੁਪਰਡੈਂਟ ਜਿਹੜੇ ਨੇ, ਇਹਦੇ ਵਿੱਚ ਜਿਹੜੇ ਨੇ ਉਹਨਾਂ ਦਾ ਪਰਚਾ ਦਰਜ ਹੋਇਆ, ਸਾਬਕਾ ਜਿਹੜੇ ਛੱਡ ਕੇ ਜਾ ਚੁੱਕੇ ਨੇ, ਮਤਲਬ ਕਿ ਪੁਰਾਣੀ ਗੱਲ ਕਰੀਏ, ਉਹਨਾਂ ਦਾ ਵੀ ਪਰਚਾ ਦਰਜ ਹੋਇਆ ਹੈਗਾ, ਉਹਨਾਂ ਦਾ ਐਫ ਆਈ ਆਰ 'ਚ ਨਾਮ ਸ਼ਾਮਿਲ ਕੀਤਾ ਗਿਆ ਹੈਗਾ। ਹੁਣ ਦੇਖਣਾ ਹੋਊਗਾ ਕਿ ਕਿੱਦਾਂ ਜਿਹੜੀ ਜਾਂਚ ਹੈਗੀ ਆ ਫੇਰ ਹੁੰਦੀ ਆ, ਇਹਦੇ ਵਿੱਚ ਹੋਰ ਕਿਹੜੇ ਕਿਹੜੇ ਬੰਦੇ ਆਉਂਦੇ ਨੇ, ਪੈਸੇ ਕਿੱਥੇ ਗਏ ਨੇ, ਕਿਆ ਬਾਕੀ ਬਿਜ਼ਨਸ ਲਾਇਆ ਜਾਂਦਾ, ਇਹ ਹੁਣ ਆਉਣ ਵਾਲੇ ਟਾਈਮ ਪਤਾ ਚੱਲੇਗਾ। ਪਰ ਕੋਰਟ ਨੇ ਇੱਕ ਜਿਹੜਾ ਹੈਗਾ ਵਧੀਆ ਜਿਹੜੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ, ਪਰ ਇਹ ਜਾਂਚਾਂ ਜੇ ਕਿਸੇ ਤਨ ਪਤਨ ਲੱਗਣ ਤਾਂ ਹੀ ਉਹ ਫਾਇਦਾ ਹੈ, ਨਹੀਂ ਅਜਿਹੀਆਂ ਤਾਂ ਖਬਰਾਂ ਜੁਸਬ ਆਪਾਂ ਹੁਣ ਤੱਕ ਬਹੁਤ ਰੀਡ ਆਊਟ ਮਾਰੀਆਂ। ਤਾਂ ਬਹੁਤ ਸ਼ੁਕਰੀਆ ਜੁਸਬ ਤੁਹਾਡਾ ਇਸ ਦੋ ਖਬਰਾਂ ਦੇ ਸਾਡੇ ਨਾਲ ਜੁੜਨ ਦੇ ਲਈ। ਅਸੀਂ ਤਫਸੀਲ ਨਾਲ ਜਿਹੜੀ ਹੈ ਕੋਸ਼ਿਸ਼ ਕੀਤੀ ਹੈ ਲੋਕਾਂ ਨੂੰ ਸਮਝਾਉਣ ਦੀ ਕਿ ਆਖਿਰਕਾਰ ਸਿਆਸਤ ਤੋਂ ਲੈ ਕੇ ਪੰਜਾਬ ਦੇ ਉਹ ਮਸਲੇ ਜੇਲ੍ਹਾਂ ਤੱਕ ਦਾ ਜ਼ਿਕਰ ਕੀਤਾ ਗਿਆ, ਪਰ ਜੇ ਗੱਲ ਕਰੀਏ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ 32,000 ਜਿਹੜੇ ਹੈ ਉਹ ਕੈਦੀ ਨੇ, ਜਿਹੜੀ ਕੈਪੈਸਿਟੀ ਹੈ ਉਹ 25,000 ਤੱਕ ਦੀ ਹੈ, ਯਾਨੀ ਕਿ 117% ਤੱਕ ਦਾ ਜਿਹੜਾ ਵਾਧਾ ਹੈ। ਇਹ ਵੀ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਕਿ ਇਸ ਜਿਹੜੀ ਗਿਣਤੀ ਹੈ ਇਸਨੂੰ ਕੰਟਰੋਲ ਕਿਵੇਂ ਕੀਤਾ। ਦੂਜੀ ਵੱਡੀ ਗੱਲ ਹੈ ਕਿ ਵੱਡੇ ਮਗਰਮੱਛ ਕੌਣ ਨੇ, ਇਹ ਜੇਲ੍ਹ ਨਿਜ਼ਾਮ ਨੂੰ ਪਹਿਚਾਣਨੇ ਚਾਹੀਦੇ, ਕਿਉਂਕਿ ਜਦੋਂ ਕੋਈ ਅਜਿਹਾ ਮਸਲਾ ਸਾਹਮਣੇ ਆਉਂਦਾ ਤਾਂ ਉਸ ਮਸਲੇ ਦੇ ਪਿੱਛੇ ਅਤੇ ਉਸ ਮਸਲੇ ਦੇ ਸਾਹਮਣੇ ਖਾਕੀ ਧਾਰੀਆਂ ਦੀ ਜਿਹੜੀ ਹੈ ਉਹ ਭੂਮਿਕਾ ਬਹੁਤ ਮੈਟਰ ਕਰਦੀ ਹੈ। ਜੇ ਬਾੜ ਖੇਤ ਨੂੰ ਖਾਏਗੀ ਤਾਂ ਫਿਰ ਕੌਣ ਕਿਸੇ ਨੂੰ ਸੰਭਾਲੇਗਾ? ਤਾਂ ਮਾਰਨਿੰਗ ਪ੍ਰਾਈਮ ਦੇ ਵਿੱਚ ਹੁਣ ਰੁੱਕ ਕਰਾਂਗੇ।